ਜੀ ਸਾਰਿਆਂ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਅੱਜ ਸਾਡਾ ਇੱਕ ਬਹੁਤ ਹੀ ਇੰਪੋਰਟੈਂਟ ਲੈਕਚਰ ਸੀ ਸੌਰੀ ਸਾਰੇ ਦੋਸਤਾਂ ਤੋਂ ਕਿਉਂਕਿ ਸਾਡਾ ਸੌਫਟਵੇਅਰ ਦਾ ਵੀ ਥੋੜਾ ਇਸ਼ੂ ਚੱਲ ਰਿਹਾ ਸੀ ਔਰ ਸਾਡਾ ਥੋੜਾ ਟਾਈਮ ਦਾ ਵੀ ਕਲੈਸ਼ ਹੋ ਗਿਆ ਪ੍ਰੋਫੈਸਰ ਸਾਹਿਬਾਂ ਦੇ ਨਾਲ ਸੋ ਅਸੀਂ ਥੋੜਾ ਜਿਹਾ ਲੇਟ ਹੋ ਗਏ ਉਹਦੇ ਲਈ ਮੈਂ ਸਭ ਤੋਂ ਮਾਜ਼ਰਤ ਅੱਜ ਦਾ ਜਿਹੜਾ ਟੋਪਿਕ ਹੈ ਜਿਸ ਤਰ੍ਹਾਂ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਇੱਕ ਬਹੁਤ ਅਹਿਮ ਟੋਪਿਕ ਹੈ ਮੈਂ ਗੁਜ਼ਾਰਿਸ਼ ਇਹ ਕਰਾਂਗਾ ਕਿ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹ ਪਲੀਜ਼ ਇਹਨੂੰ ਸ਼ੇਅਰ ਕਰ ਦੇਣ ਕਿਉਂਕਿ ਅੱਜ ਅਸੀਂ ਫੇਸਬੁੱਕ ਤੇ ਨਹੀਂ ਜਾ ਸਕੇ ਸਾਡੇ ਨਾਲ ਪ੍ਰੋਬਲਮ ਸੀ ਇਧਰੋਂ ਤੇ ਉਹ ਸਭ ਦੋਸਤ ਜਿਹੜੇ ਫੇਸਬੁੱਕ ਤੇ ਸਾਨੂੰ ਵੇਖਦੇ ਨੇ ਉਹ ਕਾਇੰਡਲੀ ਇੱਧਰ ਸਵਿਚ ਕਰਨ ਤੇ ਮੈਂ ਉੱਥੇ ਆਲਰੇਡੀ ਇੱਕ ਲਿੰਕ ਵੀ ਲਾ ਦਿੱਤਾ ਸੀ ਜਿਹਦੇ ਤੇ ਹੁਣ ਇਹ ਆਨਲਾਈਨ ਚੱਲਣ ਲੱਗ ਪਿਆ ਹੋਏਗਾ ਸੋ ਸਾਰੇ ਦੋਸਤ ਜਿਹੜੇ ਨੇ ਉਹ ਆ ਜਾਣ ਅਸੀਂ ਅੱਜ ਸਾਡੇ ਸਕਾਲਰ ਸਾਡੇ ਨਾਲ ਨੇ ਮੈਂ ਉਹਨਾਂ ਦੀ ਥੋੜਾ ਜਿਹਾ ਗੱਲ ਕਰਦਾ ਜਾਵਾਂ ਜਿਹੜੀ ਉਹਨਾਂ ਦੇ ਟੋਪਿਕ ਦੇ ਹਵਾਲੇ ਨਾਲ ਜਾਂ ਉਹਨਾਂ ਦੀ ਜਿਹੜੀ ਗੱਲਬਾਤ ਅੱਜ ਦੀ ਹੋਣੀ ਹੈ ਥੋੜਾ ਜਿਹਾ ਉਹਨਾਂ ਦਾ ਤਾਰਫ ਡਿਸਕਸ ਕਰ ਲਾਂਗੇ ਬਿਕੋਜ਼ ਉਹਨਾਂ ਦਾ ਤਾਰਫ ਜਿਹੜਾ ਸਾਡੇ ਸਾਈਡ ਪੰਜਾਬ ਤੇ ਹੈ ਉਹ ਤੇ ਬਹੁਤ ਇੰਪੋਰਟੈਂਟ ਹੈ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਜਾਣਦੇ ਨੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਲੋਕਾਂ ਨੇ ਮੁਖਤਲਿਫ ਜਗ੍ਹਾ ਤੇ ਸਾਈਟਸ ਤੇ ਵੀ ਲਿਖਿਆ ਮਿਲਿਆ ਜਿਹੜਾ ਲੋਕ ਅੱਜ ਜਿੱਦਾਂ ਉਹਨਾਂ ਦਾ ਪੋਸਟਰ ਸ਼ੇਅਰ ਹੋ ਰਿਹਾ ਸੀ ਮੈਂ ਉਸ ਤੋਂ ਅੰਦਾਜ਼ਾ ਲਾ ਸਕਦਾ ਕਿ ਕਿੰਨੇ ਦੋਸਤ ਅੱਜ ਸਾਡੇ ਨਾਲ ਜਿਹੜਾ ਟੋਪਿਕ ਹੈ ਸਾਡਾ ਉਹ ਉਹਦੇ ਹਵਾਲੇ ਨਾਲ ਅੱਜ ਜਿਹੜੇ ਸਾਡੇ ਨਾਲ ਪ੍ਰੋਫੈਸਰ ਅੰਸ਼ੂ ਮਲਹੋਤਰਾ ਜੀ ਨੇ ਪ੍ਰੋਫੈਸਰ ਨੇ ਕੁੰਦਨ ਕੌਰ ਕੰਪਨੀ ਚੇਅਰ ਸਟੇਟ ਐਂਡ ਪੰਜਾਬ ਸਟੱਡੀ ਡਿਪਾਰਟਮੈਂਟ ਆਫ ਗਲੋਬਲ ਸਟੱਡੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਬਾਰਬਰਾ ਦੇ ਵਿੱਚ ਨੇ ਆਪਦੀ PhD ਜਿਹੜੀ ਉਹ ਸਵੈਸ ਯੂਨੀਵਰਸਿਟੀ ਆਫ ਲੰਡਨ ਤੋਂ ਹੈ ਤੇ ਇਸ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਪਬਲੀਕੇਸ਼ਨਸ ਨੇ ਉਹਨਾਂ ਦੀ ਇੱਕ ਵੱਡੀ ਲਿਸਟ ਹੈ ਮੈਂ ਇਹ ਗੱਲ ਕਰਦਾ ਹੁੰਦਾ ਕਿ ਜਿਹੜੀਆਂ ਪਬਲੀਕੇਸ਼ਨਸ ਦੀ ਅਸੀਂ ਗੱਲ ਕਰੀਏ ਤੇ ਉਹਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਲੇਕਿਨ ਇੱਕ ਲਾਈਨ ਤੇ ਔਰ ਇੱਕ ਖੂਬਸੂਰਤ ਤਰੀਕੇ ਦੇ ਨਾਲ ਪੰਜਾਬ ਨੂੰ ਲੈ ਕੇ ਔਰ ਉਹਦੀ ਹਰ ਇੱਕ ਐਸਪੈਕਟ ਨੂੰ ਲੈ ਕੇ ਇਸ ਦਾ ਲਿਖਣਾ ਔਰ ਉਹਨੂੰ ਇੰਨਾ ਸੈਂਟੀਫਿਕਲੀ ਡਿਸਕਸ ਕਰਨਾ ਜਿਹੜਾ ਨਾ ਉਹ ਬਹੁਤ ਹੀ ਅਹਿਮੀਅਤ ਰੱਖਦਾ ਖਾਸ ਕਰ ਇਹਨਾਂ ਦੀ ਫਿਰੋ ਪ੍ਰੇਮਨ ਦੇ ਉੱਪਰ ਜਿਹੜੀ ਕਿਤਾਬ ਹੈ ਉਹਦੇ ਵਿੱਚ ਪੀਰੋ ਦੇ ਹਵਾਲੇ ਨਾਲ ਜਿੰਨੀ ਇਨਫੋਰਮੇਸ਼ਨ ਔਰ ਡਾਟਾ ਔਰ ਉਹਦਾ ਅਨਾਲਿਸਿਸ ਦੇਣਾ ਉਹ ਪਹਿਲੇ ਕਿਸੇ ਬੁੱਕ ਵਿੱਚ ਨਹੀਂ ਮਿਲਦਾ ਕਿਉਂਕਿ ਅਸੀਂ ਅੱਜ ਆਲਰੇਡੀ ਲੇਟ ਆ ਸੋ ਤਾਰਫ ਤੇ ਇੰਨਾ ਹੈ ਕਿ ਮੇਰਾ ਦਿਲ ਕਰਦਾ ਕਿ ਮੈਂ 10-15 ਮਿੰਟ ਉਹਨਾਂ ਦੇ ਕੰਮ ਦੇ ਉੱਪਰ ਗੱਲ ਕਰਾਂ ਜਿੰਨਾ ਮੈਂ ਉਹਨਾਂ ਦਾ ਕੰਮ ਪੜਿਆ ਪਰ ਅੱਜ ਅਸੀਂ ਉਹਨਾਂ ਕੋਲ ਗੱਲਬਾਤ ਸੁਣਾਂਗੇ ਔਰ ਸਾਰੇ ਦੋਸਤ ਜਿਹੜੇ ਨੇ ਉਹ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਇਤਨਾ ਦਿਨ ਜੀ ਮੈਂ ਹੁਣ ਰਿਕੁਐਸਟ ਕਰਾਂਗਾ ਜੀ ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਦੇ ਵਿੱਚ ਕਲੱਬ ਚ ਥੈਂਕ ਯੂ ਵੈਰੀ ਮੱਚ ਤੋਹੀਦ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਮੈਂ ਤੁਹਾਡੇ ਵਿਚਕਾਰ ਆਈ ਹਾਂ ਥੋੜੀ ਦੇਰ ਨਾਲ ਸੌਰੀ ਫਾਰ ਦੈਟ ਮਗਰ ਬਹੁਤ ਤੁਹਾਡੇ ਵਿਚਕਾਰ ਆ ਅੱਜ ਕੋਈ ਗੱਲ ਨਹੀਂ ਜੀ ਤੁਸੀਂ ਅੱਜ ਆਪਣੇ ਸ਼ਹਿਰ ਪੁਰਾਣੇ ਲੈਲਪੁਰ ਵਿੱਚ ਆਏ ਹੋ ਤੇ ਤੁਹਾਨੂੰ ਇੱਕ ਵਾਰੀ ਅਸੀਂ ਫੇਰ ਜੀਆਂ ਨੂੰ ਆਖਨੇ ਲੈਲਪੁਰੀਆਂ ਦੇ ਤੌਰ ਤੇ ਵੀ ਬਿਲਕੁਲ ਮੈਂ ਕਹਿਣਾ ਚਾਹਾਂਗੀ ਕਿ ਲਾਇਲਪੁਰ ਦਾ ਮੇਰੇ ਫਾਦਰ ਜਿਹੜੇ ਸੀ ਉਹ ਲਾਇਲਪੁਰ ਪੜ੍ਹੇ ਸੀ ਤੇ ਪੰਜਾਬ ਵੈਸਟ ਪੰਜਾਬ ਨਾਲ ਸਾਡਾ ਬਹੁਤ ਹੀ ਇੰਟਰਮੇਟ ਕਨੈਕਸ਼ਨ ਹੈ ਕਿਉਂਕਿ ਬੋਥ ਮਾਈ ਪੇਰੈਂਟਸ ਉਹ ਵੈਸਟ ਪੰਜਾਬ ਦੇ ਨੇ ਤੇ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਵੈਸੇ ਬਹੁਤ ਦਿਨਾਂ ਦਾ ਮਿਲਿਆ ਨਹੀਂ ਹੈ ਕਿ ਮੈਂ ਪਾਕਿਸਤਾਨ ਜਾਵਾਂ ਤੇ ਉਹ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਔਰ ਇਸ ਪਿੱਛੇ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਤੁਹਾਡੇ ਵਿਚਾਰ ਬਹੁਤ ਸ਼ੁਕਰੀਆ ਬਸ ਤੁਸੀਂ ਹੁਣ ਦਿਨ ਸਹੀ ਹੋ ਜਾਂਦਾ ਤੇ ਫਿਰ ਤੁਸੀਂ ਜ਼ਰੂਰ ਆਓ ਅਸੀਂ ਫਿਰ ਤੁਹਾਨੂੰ ਜ਼ਰੂਰ ਬੁਲਾਵਾਂਗੇ ਜੀ ਹੁਣ ਸਕਰੀਨ ਤੁਹਾਡੇ ਕੋਲ ਹੈ ਤੇ ਤੁਸੀਂ ਹੁਣ ਆਪਣੀ ਗੱਲਬਾਤ ਸਾਂਝੀ ਕਰੋ ਅਸੀਂ ਮਿਲਨੇ ਤੁਹਾਡੀ ਗੱਲਬਾਤ ਤੋਂ ਬਾਅਦ ਠੀਕ ਹੈ ਥੈਂਕ ਯੂ ਤੇ ਅੱਜ ਦਾ ਜਿਹੜਾ ਟੋਪਿਕ ਹੈ ਮੈਂ ਕਨਵਰਸੇਸ਼ਨਸ ਅਕ੍ਰੋਸ ਬਾਰਡਰਸ ਦੀ ਗੱਲ ਕਰ ਰਹੀ ਹਾਂ ਮਗਰ ਇਹ ਜਿਹੜੀ ਕਨਵਰਸੇਸ਼ਨ ਹੈ ਇਹ ਹੀ ਸਕਦੀ ਸੀ ਅਗਰ ਮੇਰੇ ਕੋਈ ਪਾਕਿਸਤਾਨੀ ਫਰੈਂਡਸ ਜਿਹੜੇ ਨੇ ਇਸ ਕੰਮ ਵਿੱਚ ਹੈਲਪ ਨਹੀਂ ਕਰਦੇ ਜਿਹੜਾ ਕੰਮ ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੀ ਪੀਰੋ ਤੇ ਗੁਲਾਬ ਦਾਸ ਤੇ ਹੋਰ ਥੋੜ੍ਹਾ ਜਿਹਾ ਬੁੱਲੇ ਸ਼ਾਹ ਤੇ ਵੀ ਬੁੱਲੇ ਸ਼ਾਹ ਨੂੰ ਮੈਂ ਜੋੜ ਦਿੱਤਾ ਕਿ ਮੈਂ ਕਿਹਾ ਪਾਕਿਸਤਾਨੀਆਂ ਨੂੰ ਇੰਟਰਸਟ ਆਏਗਾ ਜ਼ਿਆਦਾ ਅਗਰ ਮੈਂ ਬੁੱਲੇ ਸ਼ਾਹ ਦਾ ਨਾਮ ਵਿੱਚ ਜੋੜ ਦਿਆਂ ਐਂਡ ਆਈ ਐਮ ਸ਼ੋਰ ਦੈਟਸ ਟਰੂ ਫੋਰ ਇੰਡੀਅਨਸ ਐਸ ਵੈਲ ਪਰ ਪਹਿਲੇ ਮੈਂ ਸ਼ੁਰੂ ਕਰਨਾ ਚਾਹੁੰਦੀ ਹਾਂ ਇਹ ਕਹਿ ਕੇ ਮੈਂ ਤੋਹੀਦ ਦੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਬੁਲਾਇਆ ਹੈ ਤੁਹਾਡੇ ਵਿੱਚ ਹੋਰ ਮੈਂ ਉਹਨਾਂ ਦੇ ਨਾਲ ਨਾਲ ਆਪਣੇ ਪਾਕਿਸਤਾਨੀ ਫਰੈਂਡਸ ਨੂੰ ਵੀ ਯਾਦ ਕਰ ਰਹੀ ਹਾਂ ਜਿਨ੍ਹਾਂ ਦੇ ਬਗੈਰ ਨਹੀਂ ਹੋ ਸਕਦਾ ਸੀ ਫਾਰੂਕ ਖਾਨ ਆਫ ਲਮਸ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਸ ਜਿਨ੍ਹਾਂ ਨੇ ਮੈਨੂੰ 2008 ਵਿੱਚ ਬਹੁਤ ਸਾਲ ਹੋ ਗਏ ਨੇ
मगर उस विजिट ने मैनू चटिया वाला जिथे गुलाबदास और पीरो रेंदे सी ओ जगह मैं जाके देख सकी। और इकबाल कैजर साहब बिना काम नहीं हो सकता, जो मैनू लगता है कि पंजाब का चप्पा चप्पा वो जानते ने, और वो मैनू लेके गए चटिया वाला, और मैं गुलाबदास और पीरो दी जड़ा उन्हों का उथे मकबरा टाइप का बनिया होया सी, बहुत बुरी हालत में सी, मगर फिर भी असी वेख्या। और वो मैनू एक्चुअली मेरे फादर दे टाउन भी लेके गए चुनिया। सो पाकिस्तान नाल पुराना रिश्ता हैगा है, और आज ये रिश्ता रिन्यू हो रहा है, इस इनू एक नई जान मिल रही है, और इस गल नाल मैं बड़ी खुश हाँ। तो मैं कॉन्वर्सेशंस अक्रॉस बॉर्डर्स जो मैं किया है वो सिर्फ यह नहीं है कि मैं इंडिया ना और पाकिस्तान विच बोल रही हाँ, लालपुर विच बोल रही हाँ, मैं एक्चुअली इस वेले सेंटा बारबरा विच हाँ, कैलिफोर्निया विच, तो बहुत सारे बॉर्डर असी क्रॉस कर रहे हैं। मगर जिहड़ा बॉर्डर की गल मैं कर रही हूँ, बॉर्डर है मजहब का, रिलीजन का, और क्रॉस करन की स्टोरी जिहड़ी है वो पीरो की बहुत ही अहम स्टोरी है, उस बारे में मैं गल करांगी अज। और अक्रॉस बॉर्डर जिहड़े ने ਤੁਸੀਂ ਕ੍ਰੋਸ ਕਰਦੇ ਹੋ, ਅਸੀਂ ਕਿੰਨਾ ਆਪਣੀ ਆਈਡੈਂਟੀਟੀ ਨਾਲ ਜੁੜੇ ਹੋਏ ਹਾਂ, ਆਪਣੀ ਪਹਿਚਾਣ ਨਾਲ ਜੁੜੇ ਹੋਏ ਹਾਂ, ਔਰ ਇਹਦਾ ਜਿਹੜਾ ਇਹਨੂੰ ਕੁਐਸਚਨ ਕਰਨ ਦੀ ਜਿਹੜੀ ਲੋੜ ਹੈ, ਉਸ ਚੀਜ਼ ਦੇ ਬਾਰੇ ਵਿੱਚ ਵੀ ਲਿਖਦੀ ਹੈ, ਗੁਲਾਬਦਾਸ ਵੀ ਲਿਖਦੇ ਨੇ, ਅਤੇ ਮੈਂ ਥੋੜ੍ਹਾ ਥੋੜ੍ਹਾ ਉਹਨਾਂ ਦੇ ਬਾਰੇ ਵਿੱਚ ਅੱਜ ਬੋਲਾਂਗੀ। ਗੁਲਾਬਦਾਸ ਇੱਕ ਬਹੁਤ ਹੀ ਇੰਟਰਸਟਿੰਗ ਬੰਦੇ ਨੇ, ਬੰਦੇ ਸੀ ਜੋ ਅਲੱਗ ਸੋਚ ਦੇ ਬੰਦੇ ਸੀ। ਉਹਨਾਂ ਦਾ ਟਾਈਮ ਹੈ 1809 ਤੋਂ ਲੈ ਕੇ 1873। ਪੀਰੋ ਦੀ ਮੌਤ ਹੁੰਦੀ ਹੈ 1872 ਵਿੱਚ, ਔਰ ਗੁਲਾਬਦਾਸ ਦੀ 8 ਮਹੀਨੇ ਬਾਅਦ 1873 ਦੀ। ਸੋ ਇਹ ਜਿਹੜਾ ਸਮੇਂ ਹੈ, ਇਹ ਰਣਜੀਤ ਸਿੰਘ ਦਾ ਸਮੇਂ ਹੈਗਾ ਹੈ। ਹੋਰ ਜੋ ਵਾਰਦਾਤ ਦੀ ਗੱਲ ਮੈਂ ਕਰਾਂਗੀ, ਜੋ ਸੁਣਾਉਂਦੀ ਹੈ ਉਹ ਰਣਜੀਤ ਸਿੰਘ ਦਾ ਦੇ ਟਾਈਮ ਦਾ ਕਿੱਸਾ ਹੈ, ਉਸ ਟਾਈਮ ਦੀ ਵਾਰਦਾਤ ਹੈ, ਉਸਦੇ ਬਾਰੇ ਮੈਂ ਵਿੱਚ ਥੋੜ੍ਹੀ ਦੇਰ ਬਾਅਦ ਗੱਲ ਕਰਨੀ ਹਾਂ। ਪਰ ਪਹਿਲੇ ਥੋੜ੍ਹਾ ਜਿਹਾ ਗੁਲਾਬਦਾਸ ਦੇ ਬਾਰੇ ਵਿੱਚ। ਗੁਲਾਬਦਾਸ ਇੱਕ ਸੀ ਪਹਿਲੇ ਸ਼ਾਇਦ ਰਣਜੀਤ ਸਿੰਘ ਦੀ ਆਰਮੀ ਵਿੱਚ ਜਾਂ ਕਿਸੇ ਹੋਰ ਮਿਸਲ ਦੀ ਆਰਮੀ ਵਿੱਚ, ਬਾਅਦ ਵਿੱਚ ਉਹ ਸੈਕਸ ਜੁਆਇਨ ਕਰ ਦਿੱਤੇ, ਨਿਰਮਲਾ ਸੈਕਟ, ਉਦਾਸੀ ਸੈਕਟ, ਸਿੱਖ ਤੇ ਵਿਚਕਾਰੀ। ਸਿੱਖ ਅਸੀਂ ਜਦ ਪੰਜਾਬ ਦੀ ਗੱਲ ਕਰਦੇ ਹਾਂ ਅਸੀਂ ਸੋਚਦੇ ਹਾਂ ਕਿ ਇਹ ਆਈਡੈਂਟੀਟੀਜ਼ ਬੜੀ ਫਰਮ ਹੈਗੀਆਂ ਨੇ, ਕਿ ਕੋਈ ਹੋਏ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ, ਇਹ ਆਈਡੈਂਟੀਟੀਜ਼ ਹੈਗੀਆਂ ਨੇ। ਬਟ ਉਸ ਤੋਂ ਅੱਗੇ ਅਗਰ ਵਧੋ ਤੇ ਲੋਕ ਆਪਣੀ ਰੂਹਾਨੀ ਜ਼ਿੰਦਗੀ ਵਾਸਤੇ, ਹੋਰ ਰੱਬ ਨੂੰ ਪਹੁੰਚਣ ਵਾਸਤੇ ਜਾਂ ਆਪਣੀ ਸਪਿਰਿਚੁਅਲਿਟੀ ਨੂੰ ਢੂੰਡਣ, ਬਹੁਤ ਹੋਰ ਵੀ ਰਸਤੇ ਸੀ। ਹੋਰ ਗੁਲਾਬਦਾਸ ਇਹ ਹੀ ਆਪਣੀ ਰੂਹਾਨੀ ਜੋ ਖੋਜ ਹੋਏਗੀ ਉਸਨੂੰ ਢੂੰਡੇ ਢੂੰਡਦੇ ਉਹ ਨਿਰਮਲੇ ਕੋਲ ਗਏ, ਉਦਾਸੀਆਂ ਕੋਲ ਗਏ, ਸਾਰੇ ਆਪਣੇ ਗੁਰਾਂ ਨਾਲ ਗੱਲ ਸਿੱਖੀ, ਔਰ ਫਿਰ ਉਹਨਾਂ ਨੇ ਆਪਣਾ ਇੱਕ ਸੈਪਰੇਟ ਸੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਡੇਰਾ ਲਾਇਆ, ਜਿਹਨੂੰ ਗੁਲਾਬਦਾਸੀ ਡੇਰਾ ਕਹਿੰਦੇ। ਇਸ ਦੀ ਦੋ ਤਿੰਨ ਗੱਲਾਂ ਬਹੁਤ ਇੰਪੋਰਟੈਂਟ ਨੇ ਜੋ ਅਸੀਂ ਦਿਮਾਗ ਵਿੱਚ ਰੱਖ ਸਕਦੇ ਹਾਂ। ਇੱਕ ਤੇ ਉਹ ਅਦਵੈਤੀ ਸੀ, ਅਦਵੈਤ ਮੀਨਸ ਨੋਨ ਡਿਊਅਲਿਜ਼ਮ, ਕਿ ਇਟਸ ਐਨ ਉਪਜ ਵੇਦਾਂਤਾ ਤੋਂ ਨਿਕਲ ਕੇ ਆਈ ਹੈ ਫਿਲੋਸਫੀ, ਇਹ ਕਿ ਦੇਰ ਇਜ਼ ਅ ਸੁਪਰੀਮ ਬ੍ਰਾਹਮਣ ਐਂਡ ਦੈਟ ਬ੍ਰਾਹਮਣ ਇਜ਼ ਮੈਨੀਫੈਸਟਡ ਇਨ ਐਵਰੀਥਿੰਗ। ਸੋ ਇਟਸ ਇਟ ਇਜ਼ ਅ ਕਾਇੰਡ ਆਫ ਅ ਪੈਨਥੀਸਟਿਕ ਆਈਡੀਓਲੋਜੀ ਵੀ ਤੁਸੀਂ ਕਹਿ ਸਕਦੇ ਹੋ, ਔਰ ਮੋਨਿਸਟ ਆਈਡੀਓਲੋਜੀ ਵੀ ਇਹਨੂੰ ਫਿਲੋਸਫੀ ਕਹਿ ਸਕਦੇ ਹੋ, ਥਿਓਲੋਜੀ ਕਹਿ ਸਕਦੇ ਹੋ। ਤੋ ਅਦਵੈਤ ਵਿੱਚ ਉਹ ਬਿਲੀਵ ਕਰਦੇ ਸੀ, ਔਰ ਉਹਨਾਂ ਦਾ ਜੋ ਅਦਵੈਤਵਾਦ ਤੁਸੀਂ ਕਹਿ ਸਕਦੇ ਹੋ ਉਹ ਇੱਕ ਬਹੁਤ ਹੀ ਲੋਜੀਕਲ ਕੰਕਲੂਜਨ ਦੇ ਵੱਲੇ ਜਾਂਦਾ ਹੈ, ਕਿਉਂਕਿ ਉਹ ਉਸ ਦੇ ਤਹਿਤ ਉਹ ਵਰਨਾਸ਼ਰਮ ਧਰਮ ਨੂੰ ਵੀ ਨਕਾਰਦੇ ਨੇ। ਵਰਨਾਸ਼ਰਮ ਧਰਮ ਹਿੰਦੂਇਜ਼ਮ ਵਿੱਚ ਇੰਪੋਰਟੈਂਟ ਹੈ, ਕਿਉਂਕਿ ਉਹ ਕਾਸਟ ਨੂੰ ਲੈ ਕੇ ਚਾਰ ਵਰਨ ਨੇ, ਔਰ ਉਹਦੇ ਵਿੱਚ ਤੁਸੀਂ ਬ੍ਰਾਹਮਣ ਜਾਂ ਖੱਤਰੀ ਜਾਂ ਵੈਸ਼ ਜਾਂ ਸ਼ੂਦਰ ਹੋ। ਤੋ ਇਹ ਜਿਹੜਾ ਵਰਨਾਸ਼ਰਮ ਧਰਮ ਦੇ ਉਹਦਾ ਉਹਨੂੰ ਨਕਾਰਦੇ ਨੇ, ਔਰ ਇਹ
एनी काइंड ऑफ एन आइडेंटिटी पहचान जुड़ी होती है ਉਹਨੂੰ ਉਹ ਨਕਾਰਦੇ ਨੇ ਔਰ ਅਦਵਾਈਤ ਦੇ ਵਿੱਚ ਰਹਿ ਕੇ ਉਹ ਹੀ ਵਾਸ ਕੁਆਈਟ ਅ ਰੈਡੀਕਲ ਥਿੰਕਰ ਤੁਸੀਂ ਕਹਿ ਸਕਦੇ ਹੋ ਕੁਆਈਟ ਅ ਪ੍ਰੋਵੋਕੇਟਿਵ ਥਿੰਕਰ ਉਹ ਲੋਕਾਂ ਨੂੰ ਸੋਚਣ ਵਾਸਤੇ ਸ਼ਾਇਦ ਮਜਬੂਰ ਕਰਦੇ ਸੀ ਔਰ ਲੋਕਾਂ ਨਾਲ ਆਰਗੂਮੈਂਟ ਕਰਨ ਵਿੱਚ ਵਿਤੰਡੇਵਾਦ ਜਿਹਨੂੰ ਕਹਿੰਦੇ ਨੇ ਉਹ ਉਹਨਾਂ ਦਾ ਨੇਚਰ ਵੀ ਸੀ ਹੋਰ ਉਹ ਆਪਣੀ ਫਿਲੋਸਫੀ ਨੂੰ ਇਸ ਤਰੀਕੇ ਨਾਲ ਅੱਗੇ ਰੱਖਦੇ ਵੀ ਸੀ ਇਸ ਦੇ ਕਾਰਨ ਵਰਨ ਆਸ਼ਰਮ ਧਰਮ ਨੂੰ ਨਕਾਰਨ ਦੇ ਕਾਰਨ ਹੋਰ ਕਾਫੀ ਰੈਡੀਕਲ ਥਿੰਕਿੰਗ ਦੇ ਕਾਰਨ ਉਹਨਾਂ ਦਾ ਜਿਹੜਾ ਡੇਰਾ ਸੀ ਉਹ ਬਹੁਤ ਅਟਰੈਕਟਿਵ ਹੋ ਗਿਆ ਛੋਟੀ ਜਾਤੀ ਦੇ ਲੋਕਾਂ ਵਾਸਤੇ ਵੀ ਹੋਰ ਧਰਮਾਂ ਦੇ ਲੋਕਾਂ ਵਾਸਤੇ ਵੀ ਸੋ ਤੁਸੀਂ ਵੇਖੋਗੇ ਕਿ ਗੁਲਾਬਦਾਸੀਆਂ ਦੇ ਵਿੱਚ ਛੋਟੀ ਜਾਤੀ ਦੇ ਲੋਕ ਵੀ ਆਏ ਹੋਰ ਦੂਜੇ ਧਰਮਾਂ ਦੇ ਵੀ ਲੋਕ ਆਏ ਕਮ ਸੇ ਕਮ ਦੋ ਮੁਸਲਮਾਨ ਉਹਨਾਂ ਦੇ ਸੈਕਟ ਵਿੱਚ ਆ ਗਏ ਗੁਲਾਬਦਾਸੀ ਬਣ ਗਏ ਇੱਕਦਮ ਪੀਰ ਉਹ ਹੈ ਹੀ ਉਹਦੀ ਗੱਲ ਮੈਂ ਹੁਣੇ ਰੱਖਾਂਗੀ ਮਗਰ ਮੁਹੰਮਦ ਸ਼ਾਹ ਦੀ ਵੀ ਤੁਸੀਂ ਗੱਲ ਸੁਣਦੇ ਹੋ ਮੁਹੰਮਦ ਸ਼ਾਹ ਇਵੈਂਚੁਅਲੀ ਉਹਨਾਂ ਨੇ ਆਪਣਾ ਵੀ ਡੇਰਾ ਲਾਇਆ ਔਰ ਉਹ ਵੀ ਪੰਜਾਬ ਦੇ ਬਾਰਡਰ ਦੇ ਨਾਲ ਹੀ ਹੈ ਅੱਜ ਕੱਲ੍ਹ ਉਹ ਉੱਥੇ ਵੀ ਮੈਂ ਜਾ ਕੇ ਵਿਜ਼ਿਟ ਕੀਤਾ ਤੇ ਇਟ ਵਾਜ਼ ਅ ਵੈਰੀ ਵੈਰੀ ਇੰਟਰਸਟਿੰਗ ਸੈਟ ਐਂਡ ਅ ਵੈਰੀ ਪ੍ਰੋਵੋਕੇਟਿਵ ਸੈਟ ਗੁਲਾਸ ਨੇ ਬਹੁਤ ਲਿਖਿਆ ਉਹਨਾਂ ਨੇ ਅੰਤਹਾ ਲਿਖਿਆ ਉਹਨਾਂ ਦੇ ਵਰਸਿਸ ਉਹਨਾਂ ਦੀ ਪੋਇਟਰੀ ਬਹੁਤ ਸਾਰੇ ਉਹਨਾਂ ਦੇ ਕਲੈਕਸ਼ਨਸ ਨੇ ਉਹਨਾਂ ਵਿੱਚੋਂ ਮੈਂ ਗੁਲਾਬ ਚਮਨ ਉਹਨਾਂ ਦਾ ਬਹੁਤ ਹੀ ਇੱਕ ਇੰਪੋਰਟੈਂਟ ਟੈਕਸਟ ਹੈ ਉਹਨੂੰ ਮੈਂ ਬਹੁਤ ਯੂ ਨੋ ਗਹਿਰੇਪਨ ਤੇ ਪੜ੍ਹਿਆ ਮਗਰ ਮੈਂ ਤੁਹਾਨੂੰ ਉਹ ਨਹੀਂ ਸੁਣਾਵਾਂਗੀ ਅੱਜ ਮੈਂ ਸਿਰਫ ਦੋ ਚੀਜ਼ਾਂ ਕਹਿਣਾ ਚਾਹੁੰਦੀ ਹਾਂ ਗੁਲਾਬਦਾਸ ਦੇ ਬਾਰੇ ਵਿੱਚ ਹੋਰ ਇੱਕ ਤੇ ਜਦ ਪੀਰੋ ਉਹਨਾਂ ਦੇ ਡੇਰੇ ਆ ਰਹਿਣ ਲੱਗੀ ਉਹਦੀ ਕਹਾਣੀ ਮੈਂ ਹੁਣ ਸੁਣਾਵਾਂਗੀ ਮਗਰ ਜਦ ਉਹਨਾਂ ਦੇ ਡੇਰੇ ਆ ਕੇ ਰਹਿਣ ਲੱਗੀ ਸ਼ਾਇਦ ਉਹਨਾਂ ਨੂੰ ਲੋਕਾਂ ਨੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਬਹੁਤ ਜ਼ਿਆਦਾ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਔਰ ਸ਼ਾਇਦ ਇਸ ਗੱਲ ਨੂੰ ਲੈ ਕੇ ਕੋਈ ਕੌਨਫਲਿਕਟ ਵੀ ਹੋਈ ਕੋਈ ਲੜਾਈ ਵੀ ਹੋਈ ਹੋਰ ਉਸ ਤੋਂ ਬਾਅਦ ਸ਼ਾਇਦ ਲੋਕਾਂ ਨੇ ਉਹਨਾਂ ਨੂੰ ਹਿਊਮੀਲੇਟ ਇਨਸਲਟ ਕਰਨਾ ਸ਼ੁਰੂ ਕਰ ਦਿੱਤਾ ਇਸ ਗੱਲ ਨੂੰ ਲੈ ਕੇ ਮੈਂ ਉਹਨਾਂ ਦੀ ਇੱਕ ਤੁਹਾਨੂੰ ਵਰਸ ਮੈਂ ਪੜ੍ਹ ਕੇ ਸੁਣਾਉਂਦੀ ਹਾਂ ਜਿਹਦੇ ਵਿੱਚ ਉਹ ਆਪਣੀ ਨਿੰਦਿਆ ਦੀ ਗੱਲ ਕਰਦੇ ਨੇ ਕਿ ਲੋਕ ਮੇਰੀ ਨਿੰਦਿਆ ਕਰਦੇ ਨੇ ਔਰ ਮੈਂ ਉਹਦੇ ਬਿਲਕੁਲ ਉਹਦੀ ਪਰਵਾਹ ਨਹੀਂ ਕਰਦਾ ਤਾਂ ਕਹਿੰਦੇ ਨੇ ਕਰੀਏ ਨਿੰਦ ਹਮਾਰੀ ਲੋਕੋ ਨਿੰਦਿਆ ਹਮੇ ਪਿਆਰੀ ਰਹੇ ਨਿੰਦ ਹਮਾਰੀ ਬਹਿਨ ਬਾਂਜੀ ਨਿੰਦ ਬਾਪ ਮਹਿਤਾਰੀ ਰੇ ਜਹਾਂ ਜਹਾਂ ਇਹ ਨਿੰਦਿਆ ਜਾਏ ਤਹਾਂ ਤਹਾਂ ਉਜਿਆਰੀ ਰੇ ਦਾਸ ਗੁਲਾਬ ਨਾ ਪਹੁੰਚ ਨਿੰਦਾ ਸੰਤ ਜਨਾ ਲੋਕ ਮੇਰੀ ਨਿੰਦਿਆ ਕਰਦੇ ਨੇ ਮਗਰ ਨਿੰਦਿਆ ਮੈਨੂੰ ਬਣੀ ਮੇਰੀ ਭੈਣ ਵਾਕਨ ਹੈ ਉਹ ਮੇਰੀ ਭਾਂਜੀ ਵਾਕਨ ਹੈ ਔਰ ਜਿੱਥੇ ਨਿੰਦਿਆ ਜਾਂਦੀ ਹੈ ਉੱਥੇ ਉੱਥੇ ਮੇਰੀ ਹੋਰ ਚਰਚਾ ਹੁੰਦੀ ਹੈ ਮੇਰੀ ਉਜਿਆਰੀ ਮੇਰੀ ਕੋਈ ਮੈਨੂੰ ਬੁਰਾ ਨਹੀਂ ਕਹਿੰਦਾ ਮੇਰੀ ਉਜਿਆਰੀ ਹੁੰਦੀ ਹੈ ਔਰ ਇਹ ਨਿੰਦਿਆ ਮੈਨੂੰ ਛੂੰਹਦੀ ਨਹੀਂ ਹੈ ਕਿਉਂਕਿ ਮੈਂ ਤੇ ਬਿਲਕੁਲ ਅਵਤਾਰ ਹੀ ਹਾਂ ਹੋਰ ਉਹ ਆਪਣੇ ਆਪ ਨੂੰ ਬ੍ਰਹਮ ਕਹਿੰਦੇ ਸੀ ਮਤਲਬ ਸੁਪਰੀਮ ਬ੍ਰਾਹਮਣ ਜੋ ਅਸੀਂ ਅਦਵੈਤ ਨਾਲ ਜੋੜ ਕੇ ਰੱਖਦੇ ਹਾਂ ਉਹ ਆਪਣੇ ਨੂੰ ਕਹਿੰਦੇ ਸੀ ਹੋਰ ਗੁਲਾਬਦਾਸੀਆਂ ਬਹੁਤ ਇੰਪੋਰਟੈਂਟ ਮੰਤਰ ਹੁੰਦਾ ਹੈ ਚਾਂਟਿੰਗ ਹੁੰਦੀ ਹੈ ਉਹ ਸੋਹਮ ਸੀ ਸੋਹਮ ਕਿ ਹਮ ਹੀ ਬ੍ਰਾਹਮਣ ਹੈ ਹਮ ਹੀ ਬ੍ਰਹਮਾ ਹੈ ਔਰ ਉਹ ਆਪਣੇ ਆਪ ਐਂਡ ਹੀ ਯੂਸ ਟੂ ਕਾਲ ਹਿਮ ਹੋਰ ਇੱਕ ਹੋਰ ਉਹਨਾਂ ਦਾ ਪੋਇਟਿਕ ਵਰਸ ਮੈਂ ਪੜ੍ਹ ਕੇ ਸੁਣਾਵਾਂਗੀ ਉਹਦੇ ਵਿੱਚ ਉਹ ਨਕਾਰਦੇ ਨੇ ਰਿਲੀਜੀਅਸ ਆਈਡੈਂਟੀ ਨੂੰ ਨਕਾਰਦੇ ਨੇ ਹੋਰ ਕਿਸਮ ਦੀ ਪਹਿਚਾਣ ਜੋ ਲੋਕ ਫੜ ਕੇ ਆਪਣੇ ਨਾਲ ਰੱਖਦੇ ਨੇ ਹੋਰ ਹਿੰਦੂਆਂ ਨੂੰ ਹੋਰ ਮੁਸਲਮਾਨਾਂ ਨੂੰ ਦੋਨਾਂ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਨਹੀਂ ਮਾਲੂਮ ਕਿ ਅਲਟੀਮੇਟ ਟਰੂਥ ਜੋ ਹੈ ਅਲਟੀਮੇਟ ਬ੍ਰਾਹਮਣ ਜੋ ਹੈ ਉਹ ਕੀ ਹੈ ਤੋ ਉਹਨਾਂ ਦੀ ਇੱਕ ਹੋਰ ਮੈਂ ਸਾਨੂੰ ਪੜ੍ਹ ਕੇ ਸੁਣਾਉਂਦੀ ਹਾਂ ਫਿਰ ਮੈਂ ਪੀਰੋ ਦੀ ਗੱਲ ਕਰਾਂਗੀ ਗੋਰ ਮਸੀਤਾ ਮੁਸਲਿਮ ਦੇ ਜਬਾ ਰਹੀਮ ਉਚਾਰੇ ਰੇ ਮੜੀ ਮਾਟ ਕੋ ਹਿੰਦੂ ਰਸਨਾ ਰਾਮ ਪੁਕਾਰੇ ਰੇ ਗੰਗਾ ਕੋ ਸਭ ਹਿੰਦੂ ਜਾਏ ਹੈ ਮੱਕੇ ਤੁਰਪ ਪੁਧਾਰੇ ਰੇ ਏਕ ਨੈਣ ਤੇ ਕਾਣੇ ਮੁਸਲੇ ਹਿੰਦੂ ਅੰਧੇ ਸਾਰੇ ਰੇ ਗਿਆਨਵਾਨ ਨਾ ਅੰਧੇ ਕਾਣੇ ਤੁਰਕ ਹਿੰਦ ਤੋਂ ਨਿਆਰੇ ਰੇ ਦਾਸ ਦਾ ਬੇਹੱਦ ਭਏ ਵਹੂ ਹੱਦਾ ਮਾਹੀ ਨਕਾਰੇ
ਠੀਕ ਹੈ, ਇਹਦਾ ਮਤਲਬ ਹੈ ਕਿ ਗੁਰ ਮਸੀਤਾ ਮੁਸਲਮਾਨ ਪੂਜਦੇ ਨੇ, ਹਿੰਦੂ ਮੜੀ ਮਾਠ ਪੂਜਦੇ ਨੇ, ਹਿੰਦੂ ਗੰਗਾ ਜਾਂਦੇ ਨੇ, ਮੁਸਲਮਾਨ ਮੱਕੇ ਜਾਂਦੇ ਨੇ, ਇਹ ਸਭ ਬੇਕਾਰ ਦੀਆਂ ਚੀਜ਼ਾਂ ਨੇ। ਔਰ ਗੁਲਾਬ ਦਾਸ ਜੋ ਹੈ ਉਹ ਇਹਨਾਂ ਹੱਦਾਂ ਵਿੱਚ, ਇਹਨਾਂ ਹੱਦਾਂ, ਇਹਨਾਂ ਆਈਡੈਂਟੀਟੀਜ਼ ਵਿੱਚ, ਇਹਨਾਂ ਪਹਿਚਾਨਾਂ ਵਿੱਚ ਨਹੀਂ ਫਸੇ ਹੋਏ, ਇਹ ਉਹ ਇਹਨ ਆਈਡੈਂਟੀਟੀਜ਼ ਤੋਂ ਬਾਹਰ। ਤੇ ਤੁਸੀਂ ਸੋਚ ਸਕਦੇ ਹੋ ਕਿ ਇਸ ਕਿਸਮ ਦੀ ਉਹਨਾਂ ਦੀ ਜਿਹੜੀ ਸੋਚ ਸੀ ਉਹ ਕਾਫੀ ਰੈਡੀਕਲ ਸੀ, ਔਰ ਇਸ ਸੋਚ ਨੇ ਬਹੁਤ ਲੋਕਾਂ ਨੂੰ ਅਟਰੈਕਟ ਵੀ ਕੀਤਾ ਔਰ ਬਹੁਤ ਲੋਕਾਂ ਨੂੰ ਨਾਰਾਜ਼ ਵੀ ਕੀਤਾ। ਪੀਰੋ ਤੇ ਆਉਂਦੇ ਹਾਂ ਹੁਣ। ਪੀਰੋ ਦੀ ਜਿਹੜੀ ਕਹਾਣੀ ਹੈ ਉਹ ਉਹ ਆਪਣੇ ਜ਼ਬਾਨੀ ਦੱਸਦੀ ਹੈ। ਇਸ ਗੱਲ ਬਹੁਤ ਹੀ ਅਹਿਮੀਅਤ ਥੇ ਔਰ ਇਸ ਗੱਲ ਦੀ ਅਹਿਮੀਅਤ ਮੈਂ ਤੁਹਾਨੂੰ ਮਤਲਬ ਬਹੁਤ ਜ਼ੋਰ ਨਾਲ ਕਹਿਣਾ ਚਾਹੁੰਦੀ ਹਾਂ ਕਿ ਕਿਉਂਕਿ ਔਰਤ ਨਾ ਉਹਦੀ ਜ਼ਿਆਦਾ ਜ਼ਬਾਨ ਹੁੰਦੀ ਸੀ, ਨਾ ਜ਼ਿਆਦਾ ਪਹਿਚਾਨ ਹੁੰਦੀ ਸੀ ਜਿਸ ਵੇਲੇ ਦੀ ਅਸੀਂ ਗੱਲ ਕਰ ਰਹੇ ਹਾਂ। ਉਹ ਆਪਣੀ ਕੁਝ ਕੁਛ ਵੀ ਕਹਾਣੀ ਲਿਖੇ ਜਿਹਨੂੰ ਅਸੀਂ ਆਟੋਬਾਇਓਗ੍ਰਾਫਿਕਲ ਕਹਿੰਦੇ ਹਾਂ ਕਿ ਬਾਰੇ ਵਿੱਚ ਕੋਈ ਲਿਖੇ, ਇਹਦੇ ਨਾ ਤਾਂ ਲਿਟਰੇਚਰ ਵਿੱਚ ਨਾ ਅਸੀਂ ਵੇਖਦੇ ਹੀ ਨਹੀਂ ਹਾਂ। ਆਦਮੀਆਂ ਦੀ ਲਿਖਣੀ ਸ਼ੁਰੂ ਹੋ ਜਾਂਦੀ ਹੈ ਵੰਸ ਕਲੋਨੀਅਲਿਜ਼ਮ ਸੈਟਸ ਇਨ, ਤੁਸੀਂ ਵੇਖੋਗੇ ਕਿ ਬਹੁਤ ਸਾਰੇ ਆਦਮੀ ਟੂਵਰਡਸ ਦੀ ਐਂਡ ਆਫ ਦਾ 19th century ਆਪਣੀ ਆਪਣੀ ਜੀਵਨੀ ਲਿਖਣੀ ਸ਼ੁਰੂ ਕਰ ਦਿੰਦੇ ਨੇ, ਜਿਨ ਖੁਦ ਨਵਿਸ਼ ਕਹਿ ਸਕਦੇ ਹੋ ਜਾਂ ਆਤਮਕਥਾ ਕਹਿ ਸਕਦੇ ਹੋ, ਆਤਮ ਕਹਾਣੀ ਕਹਿ ਸਕਦੇ ਹੋ, ਜੋ ਵੀ ਉਹ ਲਿਖਣੀ ਸ਼ੁਰੂ ਕਰ ਦਿੰਦੇ। ਪੁਰਾਣੇ ਜ਼ਮਾਨੇ ਦੇ ਵੀ ਆਦਮੀ ਲਿਖਦੇ ਸੀ। ਯੂ ਹੈਵ ਬਾਬਰ ਦਾ ਬਾਬਰਨਾਮਾ ਹੈ, ਜਹਾਂਗੀਰ ਦਾ ਤੁਸੂਕ ਜਹਾਂਗੀਰੀ ਹੈ, ਬਨਾਰਸੀ ਦਾਸ ਦੀ ਅਰਥ ਕਥਾ ਕੇ ਐਟਸੈਟਰਾ, ਮੀਰ ਤਕੀ ਮੀਰ ਨੇ ਲਿਖੀ ਆਪਣੀ। ਬਟ ਆਦਮੀ ਔਰਤਾਂ ਦੀ ਬਹੁਤ ਘੱਟ ਹੈ, ਔਰ ਔਰਤਾਂ ਦੀ ਭਗਤੀ ਮੂਵਮੈਂਟ ਦੇ ਵਿੱਚ ਤੁਸੀਂ ਵੇਖੋਗੇ ਕਿ ਬਹਿਣਾ ਬਾਈ 17th century ਆਤਮ ਨਿਵੇਦਨਾ ਲਿਖਦੀ ਹੈ, ਬਟ ਪੀਰੋ ਡਜ਼ਨਟ ਨੋ ਅਬਾਊਟ ਹਰ ਐਂਡ ਹੈਜ਼ ਨੋ ਕੰਟੈਕਟ। ਸੋ 19th mid 19th century ਵਿੱਚ ਅਗਰ ਕੋਈ ਮਹਿਲਾ ਕੋਈ ਔਰਤ ਆਪਣੇ ਬਾਰੇ ਵਿੱਚ ਲਿਖਦੀ ਹੈ, ਬੜੀ ਨਵੀਂ ਗੱਲ ਹੈ, ਔਰ ਉਹ ਆਪਣੀ ਕਹਾਣੀ ਲਿਖਦੀ ਹੈ। ਤੋ ਉਹਨਾਂ ਦੀ ਪੀਰੋ ਦੀ ਜੋ 160 ਕਾਫੀਆਂ ਨੇ, ਔਰ ਉਹਨਾਂ ਨੇ ਹੋਰ ਬਹੁਤ ਸਾਰੀ ਚੀਜ਼ਾਂ ਲਿਖੀਆਂ ਨੇ, ਉਹਨੇ ਤਿੰਨ ਉਹਨਾਂ ਦੀਆਂ ਸਿਹਰਫੀਆਂ ਨੇ, ਉਹਨਾਂ ਦੀ ਪੈਂਤੀ ਹੈ, ਉਹਨਾਂ ਦਾ ਰਾਗ ਸਾਗਰ ਹੈ, ਉਹਨਾਂ ਦੀ ਸਾਂਝੀ ਸਿਹਰਫੀ ਹੈ ਗੁਲਾਬ ਦਾਸ ਨਾਲ। ਤੇ ਉਹਨਾਂ ਨੇ ਕਾਫੀ ਲਿਖਿਆ, ਮਗਰ ਜੋ ਉਹਨਾਂ ਦੀ 160 ਕਾਫੀਆਂ ਨੇ ਉਹ ਬਹੁਤ ਅਲੱਗ ਕਿਸਮ ਦੀ ਇੱਕ ਟੈਕਸਟ ਹੈ, ਜਿਹਦੇ ਵਿੱਚ ਉਹ ਆਪਣੇ ਜੋ ਉਹਨਾਂ ਦੇ ਨਾਲ ਹੋਇਆ ਉਸ ਦੇ ਵਿੱਚ ਲਿਖਦੇ। ਤੇ 160 ਕਾਫੀਆਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਹਦੇ ਵਿੱਚ ਉਹ ਲਿਖਦੀ ਹੈ ਕਿ ਉਹ ਪਹਿਲੀ ਵਾਰ ਗੁਲਾਬ ਦਾਸ ਨੂੰ ਲਾਹੌਰ ਦੇ ਮੋਤੀ ਬਾਜ਼ਾਰ ਵਿੱਚ ਸੁਣਦੀ ਹੈ, ਪ੍ਰਵਚਨ ਦਿੰਦੇ ਹੋਏ, ਡਿਸਕੋਰਸ ਦਿੰਦੇ ਹੋਏ ਸੁਣਦੀ ਹੈ ਤੇ ਬੜੀ ਇੰਪ੍ਰੈਸ ਹੋ ਜਾਂਦੀ ਹੈ। ਗੁਲਾਬ ਦਾਸ ਵੀ ਉਹਨੂੰ ਪੂਰੇ ਕਰਾਊਡ ਵਿੱਚ ਉਹਨੂੰ ਪਿੱਕ ਕਰਦਾ ਔਰ ਉਹਨੂੰ ਆਪਣੇ ਨਾਲ ਬਿਠਾਉਂਦਾ। ਉਸ ਤੋਂ ਬਾਅਦ ਫਿਰ ਉਹ ਦੱਸਦੀ ਹੈ ਕਿ ਸਾਨੂੰ ਪਤਾ ਨਹੀਂ ਕਿ ਕੀ ਹੋਇਆ, ਕਿਉਂਕਿ ਇਹ ਵਰਸ ਵਿੱਚ ਹੈ, ਕਾਫੀਆਂ ਦੇ ਫੋਰਮ ਵਿੱਚ ਉਹਨੇ ਲਿਖੀ ਹੈ ਔਰ ਸਿੰਪਲ ਮੀਟਰ ਵਿੱਚ, ਸਿੰਪਲ ਵਰਸ ਵਿੱਚ ਉਹਨੇ ਲਿਖੀ, ਸਾਨੂੰ ਪਤਾ ਨਹੀਂ ਚੱਲਦੀ ਹੈ। ਮਗਰ ਉਸ ਤੋਂ ਬਾਅਦ ਸਾਨੂੰ ਪਤਾ ਚੱਲਦਾ ਹੈ ਕਿ ਉਹ ਗੁਲਾਬ ਦਾਸ ਦੇ ਨਾਲ ਜਠਿਆਂ ਵਾਲਾ ਵਿਲੇਜ ਜਿਹੜਾ ਕਸੂਰ ਵਿੱਚ ਸੀ ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ। ਹੋਰ ਉਹਦੇ ਫਿਰ ਜਿਹੜੇ ਲੋਕੀ ਸੀ ਨਾ, ਉਹ ਆਪਣੇ ਆਪ ਨੂੰ 160 ਕਾਫੀਆਂ ਵਿੱਚ ਕਿ ਮੈਂ ਸ਼ੂਦਰ ਵੀ ਹਾਂ ਔਰ ਮੈਂ ਵੇਸ਼ਵਾ ਵੀ ਹਾਂ, ਔਰ ਉਹ ਕਾਫੀ ਕਲੀਅਰਲੀ ਉਹਦਾ ਬੈਕਗਰਾਉਂਡ ਪ੍ਰੋਸਟੀਟਿਊਸ਼ਨ ਬੈਕਗਰਾਉਂਡ ਸੀ। ਉਹਦੇ ਜਿਹੜੇ ਵਾਰਡਨ ਸੀ ਜੋ ਉਹਨੂੰ ਰੱਖਦੇ ਸੀ, ਉਹ ਗੁਲਾਬ ਦਾਸ ਨਾਲ ਆਉਂਦੇ ਨੇ ਔਰ ਕਹਿੰਦੇ ਨੇ ਕਿ ਸਾਨੂੰ ਸਾਡੀ ਧੀ ਭੈਣ ਨੂੰ ਸਾਨੂੰ ਵਾਪਸ ਕਰੋ, ਤੇ ਉਹ ਚਲੀ ਜਾਂਦੀ ਹੈ। ਮਗਰ ਇਹਦੇ ਵਿੱਚ ਉਹ ਵਿਖਾਉਂਦੀ ਹੈ ਕਿ ਸ਼ਾਇਦ ਉਹ ਗੁਲਾਬ ਦਾਸ ਹੀ ਹੋ ਗਏ ਔਰ ਸ਼ਾਇਦ ਉਹ ਮੁਸਲਮਾਨੀ ਹੋਣੀ ਬੰਦ ਹੋ ਗਈ, ਕਿ ਉਹਨੇ ਆਪਣਾ ਮਜ਼ਹਬ ਤਿਆਗ ਦਿੱਤਾ, ਬਦਲ ਲਿੱਤਾ, ਜੋ ਵੀ ਤੁਸੀਂ ਕਹਿੰਦੇ। ਤੇ
ਰਾਜ ਹੁੰਦੇ ਨੇ ਉਹਦੇ ਲੋਕ ਤੇ ਉਹਨੂੰ ਕਿਡਨੈਪ ਕਰਕੇ ਉਹ ਵਜ਼ੀਰਾਬਾਦ ਲੈ ਜਾਂਦੇ ਨੇ। ਫਿਰ ਉਹ ਵਜ਼ੀਰਾਬਾਦ ਦੇ ਬਾਰੇ ਵਿੱਚ ਦੱਸੀਏ ਕਿ ਉਹ 4 ਮੰਜ਼ਿਲ ਦਾ ਮਕਾਨ ਵਿੱਚ ਉਹਨੂੰ ਰੱਖਦੇ ਨੇ, ਹੋਰ ਪੈਰੇ ਬਿਠਾ ਦਿੰਦੇ ਨੇ ਬਾਹਰ। ਫਿਰ ਉਹ ਕਹਿੰਦੀ ਹੈ ਕਿ ਮੈਂ ਗੁਲਾਬਦਾਸ ਨੂੰ ਇੱਕ ਚਿੱਠੀ ਲਿਖਦੀ ਹਾਂ। ਉੱਥੇ ਉਹ ਦੋ ਸਹੇਲੀਆਂ ਬਣਾ ਲੈਂਦੀ ਹੈ, ਜਾਨੂ ਰਹਿਮਤੀ, ਉਹਨਾਂ ਦੀ ਹੈਲਪ ਨਾਲ ਉਹ ਗੁਲਾਬਦਾਸ ਨੂੰ ਲਿਖਦੀ ਹੈ। ਗੁਲਾਬਦਾਸ ਫਿਰ ਦੋ ਡਿਸਾਈਪਲਸ ਨੂੰ ਭੇਜ ਦਿੰਦਾ ਹੈ, ਦੋ ਆਪਣੇ ਚੇਲਿਆਂ ਨੂੰ ਭੇਜ ਦਿੰਦਾ ਹੈ ਉੱਥੇ, ਗੁਲਾਬ ਸਿੰਘ ਚਤਰ ਸਿੰਘ। ਹੋਰ ਇਹ ਤਿੰਨੋਂ ਪੀਰੋ ਗੁਲਾਬਦਾਸ ਚਤਰ ਸਿੰਘ ਉੱਥੋਂ ਐਸਕੇਪ ਕਰ ਜਾਂਦੇ ਨੇ, ਨੱਸ ਜਾਂਦੇ ਨੇ। ਕਿੰਝ ਕਰਦੇ ਨੇ ਉਹ ਇਸ ਜੋ ਉਹਦਾ ਐਸਕੇਪ ਹੈ, ਜੋ ਰੈਸਕਿਊ ਹੋਏ ਉਹ ਐਸਕੇਪ ਹੈ, ਉਹਨੂੰ ਉਹ ਕਹਿੰਦੇ ਕਿ ਗੁਲਾਬਦਾਸ ਦੀ ਚਮਤਕਾਰੀ ਗੱਲ ਹੈ। ਤੁਸੀਂ ਦੋ ਚੀਜ਼ਾਂ ਫਿਰ ਵੇਖਦੇ ਹੋ, ਇੱਕ ਤਾਂ ਉਹ ਆਪਣੀ ਕੁਆਲਿਟੀਜ਼ ਦੇ ਬਾਰੇ ਵਿੱਚ ਗੱਲ ਕਰਦੀ ਹੈ ਕਿ ਮੇਰੇ ਵਿੱਚ ਇਹ ਕੈਰੈਕਟਰ ਹੈ ਕਿ ਮੈਂ ਪੀਰੋ ਲਿਖਦੀ ਹੈ, ਪੀਰੋ ਗੁਰੂ ਕਿਰਪਾ, ਪੀਰੋ ਗੁਰੂ ਮਿਹਰ ਨਾਲ ਗੁਣ ਤਿੰਨੋਂ ਪੱਲੇ, ਸਮਤਾ ਤੇ ਉਦਾਰਤਾ ਨਿਰਭੈਤਾ ਨੱਲੇ। ਮਤਲਬ ਉਹਦੇ ਵਿੱਚ ਸਮਤਾ ਵੀ ਹੈ, ਉਹਦੇ ਵਿੱਚ ਉਦਾਰਤਾ ਵੀ ਹੈ, ਔਰ ਉਹਦੇ ਵਿੱਚ ਨਿਰਭੈਤਾ ਵੀ ਹੈ। ਸੋ ਉਹ ਆਪਣੀ ਕੁਆਲਿਟੀਜ਼ ਨੂੰ, ਆਪਣੇ ਟੈਲੈਂਟ ਨੂੰ, ਆਪਣੀ ਪੋਟੈਂਸ਼ੀਐਲਿਟੀਜ਼ ਨੂੰ ਰੈਕਗਨਾਈਜ਼ ਕਰਦੀ, ਉਹਨੂੰ ਨਕਾਰਦੀ ਨਹੀਂ। ਮਗਰ ਫਿਰ ਵੀ ਉਹ ਕਹਿੰਦੀ ਹੈ ਕਿ ਇਹ ਗੁਰੂ ਦਾ ਮਿਰਕਲ ਹੈ, ਗੁਰੂ ਦਾ ਚਮਤਕਾਰ ਹੈ ਕਿ ਜਦ ਅਸੀਂ ਨਿਕਲੇ ਉੱਥੋਂ ਤੇ ਭੈਰੇ ਅੰਨੇ ਹੋ ਗਏ, ਉਹਨਾਂ ਨੇ ਦਰਵਾਜ਼ੇ ਖੋਲ੍ਹ ਦਿੱਤੇ, ਮੈਂ ਜੰਦਰੇ ਨੂੰ ਹੱਥ ਲਾਇਆ, ਉਹ ਜੰਦਰਾ ਖੁੱਲ ਗਿਆ, ਐਟਸੈਟਰਾ ਐਟਸੈਟਰਾ, ਔਰ ਉਹ ਵਜ਼ੀਰਾਬਾਦ ਤੋਂ ਐਸਕੇਪ ਕਰਦੇ ਨੇ, ਉਹ ਲਾਹੌਰ ਵਾਪਸ ਆ ਜਾਂਦੀ ਹੈ। ਤੇ ਲਾਹੌਰ ਦਾ ਜ਼ਿਕਰ 3 ਵਾਰ ਕਮ ਸੇ ਕਮ 160 ਕਾਫੀਆਂ ਵਿੱਚ ਹੋਏ। ਕਹਿੰਦੀ ਕਿ ਮੈਂ ਮੋਤੀ ਬਾਜ਼ਾਰ ਉਹਨਾਂ ਦਾ ਡਿਸਕੋਰਸ ਸੁਣਿਆ ਗੁਲਾਬਦਾਸ ਦਾ, ਦੂਜੀ ਵਾਰ ਜਦ ਕਹਿੰਦੀ ਹੈ ਕਿ ਲੜਕੇ ਲੈ ਕੇ ਜਾ ਰਹੇ ਨੇ, ਜ਼ੋਰ ਤਗਾਨੇ ਮੈਨੂੰ ਲੈ ਕੇ ਜਾ ਰਹੇ ਨੇ, ਤੇ ਉਹ ਫਿਰ ਲਾਹੌਰ ਦੀ ਕਰਦੀ ਹੈ ਕਿ ਵਸਦਾ ਛੋੜ ਲਾਹੌਰ ਮੈਂ ਬੰਦੇ ਚੱਲੀ, ਕਿ ਮੈਂ ਜੇਲ੍ਹ ਵਿੱਚ ਜਾ ਰਹੀ ਹਾਂ, ਮੈਂ ਇੰਪ੍ਰਿਜ਼ਨਮੈਂਟ ਵਿੱਚ ਜਾ ਰਹੀ ਹਾਂ। ਹੋਰ ਫਿਰ ਤੀਜੀ ਵਾਰ ਜਦ ਗੱਲ ਕਰਦੀ ਹੈ, ਵਜ਼ੀਰਾਬਾਦ ਦਾ ਤਾਂ ਖੈਰ ਬਹੁਤ ਜ਼ਿਆਦਾ ਜ਼ਿਕਰ ਹੈ, ਫਿਰ ਉਹ ਲਾਹੌਰ ਦਾ ਜ਼ਿਕਰ ਕਰਦੀ ਕਿ ਅਸੀਂ ਰਾਵੀ ਪਾਰ ਕਰਕੇ ਆਏ, ਜੋ ਰਾਵੀ ਦਾ ਰੈਫਰੈਂਸ ਹੈ ਕਿ ਸਾਡੇ ਸਾਵਿਤ ਸਾਹ ਆਇਆ ਜਦ ਅਸੀਂ ਰਾਵੀ ਪਾਰ ਕਰਕੇ ਆਏ। ਹੋਰ ਫਿਰ ਉਹ ਕੋਲ ਵਾਪਸ ਆ ਜਾਂਦੇ ਨੇ, ਹੋਰ ਗੁਲਾਬਦਾਸ ਨੂੰ ਇੱਕ ਦੂਜੇ ਦੀ ਬਹਾਦਰੀ ਦੀ ਗੱਲ ਦੱਸਦੇ ਨੇ। ਨਾ ਪੀਰੋ ਦੀ ਮੈਂ ਜੋ ਤੁਹਾਡੇ ਸਾਹਮਣੇ ਦੋ ਬਹੁਤ ਹੀ ਇੰਪੋਰਟੈਂਟ ਗੱਲਾਂ ਰੱਖਣੀਆਂ ਚਾਹੁੰਦੀ ਹਾਂ। ਪੀਰੋ ਜਿਹੜਾ ਉਹਦੀ ਕਿਡਨੈਪਿੰਗ ਏਜ, ਉਹਦਾ ਅਸੀਂ ਪੀਰੋ ਦੇ 160 ਕਾਫੀਆਂ ਤੋਂ ਹੀ ਜਾਣਦੇ ਹਾਂ, ਮਗਰ ਹੋਰ ਸਿੱਖ ਸੋਰਸਿਸ ਨੇ, ਗਣੇਸ਼ਾ ਸਿੰਘ ਨਿਰਮਲਾ ਸੀ, ਉਹਨਾਂ ਨੇ ਭਾਰਤ ਮਤ ਦਰਪਣ ਲਿਖਿਆ, ਉਹਦੇ ਵਿੱਚ ਵੀ ਉਹ ਇਸ ਗੱਲ ਦੀ ਗੱਲ ਕਰਦੇ ਨੇ। ਹੋਰ ਸਾਡਾ ਇੱਕ ਬਹੁਤ ਇੰਪੋਰਟੈਂਟ ਸੋਰਸ ਹੈ ਗਿਆਨੀ ਗਿਆਨ ਸਿੰਘ ਦੀ ਪੰਥ ਪ੍ਰਕਾਸ਼ ਦਾ, ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਉਹਦੇ ਵਿੱਚ ਗੁਲਾਬਦਾਸੀਆਂ ਦਾ ਹੋਰ ਪੀਰੋ ਦਾ ਜ਼ਿਕਰ ਹੈਗਾ ਹੈ, ਜਦਕਿ ਉਹ ਕਿਡਨੈਪਿੰਗ ਦਾ ਜ਼ਿਕਰ ਨਹੀਂ ਕਰਦੇ। ਗਣੇਸ਼ਾ ਸਿੰਘ ਕਿਡਨੈਪਿੰਗ ਦਾ ਵੀ ਜ਼ਿਕਰ ਕਰਦੇ ਨੇ, ਹੋਰ ਲੜਾਈ ਦਾ ਵੀ ਜ਼ਿਕਰ ਕਰਦੇ ਨੇ। ਸੋ ਬਹੁਤ ਸਾਰੇ ਸੋਰਸਿਸ ਤੋਂ ਸਾਨੂੰ ਇਹ ਡੈਫੀਨੇਟਲੀ ਪਤਾ ਚੱਲਦਾ ਹੈ ਕਿ ਕੁਝ ਕੌਨਫਲਿਕਟ, ਜਦ ਪੀਰੋ ਚੱਠਿਆਂ ਵਾਲਾ ਰਹਿਣ ਆਏ, ਕੁਝ ਕੌਨਫਲਿਕਟ ਜ਼ਰੂਰ ਹੋਇਆ। ਮਗਰ ਪੀਰੋ ਆਪਣੇ ਹੀ ਰਾਈਟਿੰਗ ਵਿੱਚ ਉਹਨਾਂ ਦੀ 160 ਕਾਫੀਆਂ ਬਹੁਤ ਹੀ ਦਿਲਚਸਪ ਨੇ, ਔਰ ਉਹਨਾਂ ਨੂੰ ਅਗਰ ਤੁਸੀਂ ਬੜੀ ਧਿਆਨ ਪੜ੍ਹੋ ਤੇ ਦੋ ਗੱਲਾਂ ਬਹੁਤ ਇੰਪੋਰਟੈਂਟ ਬਾਹਰ ਨਿਕਲ ਕੇ ਆਉਂਦੀਆਂ ਨੇ। ਪਹਿਲੀ ਇਹ ਕਿ ਉਹ ਰਿਲੀਜੀਅਸ ਆਈਡੈਂਟੀਟੀ ਨੂੰ, ਮਜ਼ਹਬੀ ਪਹਿਚਾਨ ਨੂੰ, ਉਹਦੇ ਕੌਨਫਲਿਕਟ ਜਿਹੜਾ ਉਸਦੇ ਆਪਣੇ ਪਰਸਨ ਤੇ ਹੁੰਦਾ ਹੈ, ਉਸ ਦੀ ਬਹੁਤ ਜ਼ਿਆਦਾ ਗੱਲ ਕਰਦੀ ਹੈ ਕਿ ਇਹ ਕੌਨਫਲਿਕਟ, ਇਹ ਹੁਣ ਹਿੰਦੂਆਂ ਔਰ ਮੁਸਲਮਾਨਾਂ ਦਾ ਜਿਹੜਾ ਕੌਨਫਲਿਕਟ ਹੈ, ਇਹ ਜਿਹੜੀ ਆਈਡੈਂਟੀ ਹੈ, ਇਹ ਜਿਹੜੀ ਪਹਿਚਾਣ ਹੈ, ਇਹ ਉਹਨੂੰ ਬਹੁਤ ਮੁਸ਼ਕਿਲ ਵਿੱਚ ਆਉਂਦੀ ਹੈ। ਔਰ ਇਹ ਦੋਨੋਂ ਆਈਡੈਂਟੀਜ਼ ਨੂੰ ਰਿਜੈਕਟ ਕਰਦੀ ਹੈ, ਬਹੁਤ ਹੀ ਸਟਰੋਂਗ ਲੈਂਗੁਏਜ ਵਿੱਚ ਰਿਜੈਕਟ ਕਰਦੀ ਹੈ। ਉਹ ਮੈਂ ਤੁਹਾਨੂੰ ਹੁਣੇ 1 ਮਿੰਟ ਵਿੱਚ ਪੜ੍ਹ ਕੇ ਸੁਣਾਵਾਂਗੀ। ਦੂਜੀ ਚੀਜ਼ ਜਿਹੜੀ ਉਹਦੀ 160 ਕਾਫੀਆਂ ਤੋਂ ਸਾਨੂੰ ਨਿਕਲ ਕੇ ਆਉਂਦੀ ਹੈ, ਉਹ ਇਹ ਹੈ ਕਿ ਉਹ ਆਪਣੀ ਵੁਮਨ
वुमन आइडेंटिटी तुसी कह सकते हो या जेंडर्ड आइडेंटिटी कह सकते हो, जेंडर्ड ऑटोनोमी कह सकते हो, अपनापन, अपना इंडिविजुअलिस्टिक सब्जेक्टिविटी ऑटोनोमी, वो इन्हां गलां विच बहुत ही सिग्निफिकेंट है क्योंकि वो अपनी वुमनली आइडेंटिटी कि वो औरत है, वो नारी है, और उस नारी नू ए बाहर दी जड़ी आइडेंटिटीज ने जड़ी हिंदू और मुसलमान और सिख भी रखते ने उना नू रिजेक्ट करती है और अपनी जेंडर आइडेंटिटी वो दी जेंडर पहचान जिसे कह सकते हो, ऑटोनोमी कह सकते हो, एबिलिटी एजेंसी कह सकते हो, एबिलिटी टू कॉन्शियसली ओन हर ओन सेल्फ, वो बहुत स्ट्रांगली ओदी काफियां विचों निकल के आता है, वो गल में emphasize karangi. So let's look at her mazhab di gal jadu karti hai. Te jad onu, for example, kehnde jad mainu Gulab Das te dere to wapas le aande ne Lahore, te utthe bahut sare log onu kehnde ne ki tu apna dharm kyon gawa ditta, aur mulaniyan di gal karti hai, aur jadon mulaniyan di gal karti hai te tuhanu ਬੁੱਲੇ ਸ਼ਾਹ ਦੀ ਖੁਸ਼ਬੂ ਉਹਦੇ ਵਿੱਚ ਆਏਗੀ। ਇਨਫੈਕਟ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਸਾਰੇ ਕਦੀਰੀ ਸ਼ਤਾਰੀ ਜਿਹੜੇ ਸੂਫੀ ਮਾਤੇ ਉਹਦੀ ਤੁਹਾਨੂੰ ਖੁਸ਼ਬੂ ਉਹਦੀ ਜਿਵੇਂ ਉਹ ਗੱਲ ਕਰਦੀ ਆਪਣੀ ਉਹਦੇ ਵਿੱਚ ਤੁਹਾਨੂੰ ਨਜ਼ਰ ਆਏਗੀ। ਇੱਕ ਮਿੰਟ तो कहती है कि कहे मुलाने काफिरे क्यों दीन गवायो, काहू ने तुझे बिगाड़े हो जिन सूर खिलायो। ते मतलब मुलाने उन्होंने कहते ने कि तूने अपना तू अपना दीन गवा दिता है, तेन सूर किसी ने खवा दिता है, तू मुसलमानी होना बंद कर दिता है। ते उस ते जवाब विच फिर बहुत कुछ कहती है और उदी ही काफियां थ्रू उदी ही कैन थ्रू मैं ये गल्लां तुहाडे सामने रखांगी। ते ओ फॉर एग्जांपल रिजेक्ट कर दिए मुस्लिम आइडेंटिटी नू, ओ रिजेक्ट कर दिए हिंदू आइडेंटिटी नू, कहंदी है कूड़े मजहब बनौत के कर कूड़े दावे, लिंग मूछ को काट कर फिर तुरक बनावे, हिंदू बने बनौत के तर चंजू चोटी, बड़े बणौत ना नारियां गल दोनों खोटी। कहती है कि कूड़े मजहब तुसी कूड़े मजहब बनाए, खराब, फॉल्स, रोंग, ऐ तुहाडे जड़े मजहब ने ऐ एक्सटर्नल मजहब ने, बाहर दी तुसी जो हो ओदे मजहब तुसी बनाए हो ने, और ऐ मजहब जड़े सारे ने वो सिर्फ मर्दां नू अप्लाई करते ने, वो औरतां नू अप्लाई ही नहीं करते। ते ए जड़े कूड़े मजहब तुसी बनाए हो कि यू नो सर्कमसिजन और कीपिंग अ स्टाइल ऑफ मुस्ताश, ए तुहानू मुसलमान बनाता है, या कि तुसी जनेयू पाया होया है और टॉप नॉट रखी हुई है, ते ए तुहानू हिंदू बनाता है, ते औरत तय बन ही नहीं सकती है। ए मैं दोनों गल्लां रिजेक्ट करती हूँ, बड़े बणौत नाल कि ए जिहड़ी तुहाडी बणत है ए औरत नू फिट ही नहीं आउंदी है, ते मैं ए रिजेक्ट करनी है। एवं वो बहुत बार कहती है कि छोटी जंजू हिंद पड़ा ये बात ना कोई, नारी काका कीच है तिस दोनों ना ही, और कहती है लिंग मूछ को काट के ये तुरक बना ही, नारी क्या बनाव सो ता दोनों ना ही। और एवं ही वो सिखा नु भी कहती है, जबकि ओदा ओवरआर्चिंग तुसी कह सकते हो गुलाब दास इज यू नो कम विद इन अ सिख आइडेंटिटी, बट शी सेज बणियो सिख बणौत के लख कच्छा पायो, सिखिया सिखी छोड़ के ता बणत बनायो, पाहुल छोड़ अखंड की खंडे की देसे, नारी कच्छ ना पाले तिसकाई करे से। मतलब कि तुसी ए नवा सिखपण बना रहे हो जिदे विच तुसी पाहुल जिहड़ी तुसी पाव लैंदे हो या इनिशिएशन करते हो, वो तुसी अखंड, अखंड मतलब जिदा खंड नहीं कर सकते हो, यूनिफाइड ਜਿਹੜਾ ਸਤਿਗੁਰੂ ਤੁਸੀਂ ਕਹਿ ਸਕਦੇ ਹੋ ਉਹਨੂੰ ਤੁਸੀਂ ਛੱਡ ਕੇ, ਅਕਾਲ ਪੁਰਖ ਦਾ ਅਖੰਡਾ ਛੱਡ ਕੇ ਤੁਸੀਂ
नया खालसा जो प्रीत बनाई है खंडे दी देंदे हो और नारी ते कच पांदी नहीं है तुसी उनु सिख नहीं बना सकते। तो ऐ इस तरह के और हिंदू मुसलमान सिख तीनों आइडेंटिटीज नु नकार दी है, कहती है कि ऐ मजमा दी बात गल मैनू ना करो, तुसी सारे मजमा दे खरे हो, तुसी सारे मजमा दे कुत्ते हो, ऐ गल रखती है। पीरो कहे पुकार के सब मजबीर आते, मजबा के तुम कुकरे क्या बोलो बातें, कि वो पुकार के कह रही है कि ऐ सब तुसी मजहब दे विच फसे हुए हो, तुसी सब मजबा दे कुत्ते हो, तुम मैनू की कह रहे हो, अपने अपने मजहब को दोनों पर वैसे मजहब बदावण वास्ते सट तियां दे से। सो तियां दी गल भी विच लियान दी और उदी काफियां विच तुसी कहोगे कि एक बहुत म्यूटेड तरीके नाल, तो वो डायरेक्ट ऐ गल सानू नहीं दिखाई देती मगर म्यूटेड तरीके नाल सानू ऐ गल दिखाई देती है कि वो अपनी परहैप्स जेड़ा उदा बैकग्राउंड है प्रोस्टिट्यूशन दा उदे विच तियां दा किस तरीके दा सलूक होंदा उहनां दे नाल, उहनां नूं टेंपरेरी मैरिजेस करनिया पैंदियां ने, उसकी भी गल करती है। वो कहती कि मजहब बदावन वास्ते सट तियां दे से, मतलब ऐ समझ नहीं आती कि मजहब ਤੁਸੀਂ ਵਧਾਉਣ ਵਾਸਤੇ ਸੱਟ ਦੀਆਂ ਦਿੰਦੇ ਹੋ, ਮਗਰ ਉਹ ਤੀਆਂ ਦੀ ਗੱਲ ਕਰਦੀ ਹੈ ਔਰ ਇਸ ਗੱਲ ਵਿੱਚ ਉਹ ਇਸ ਇਹ ਸਾਰੀਆਂ ਆਈਡੈਂਟੀਜ ਨੂੰ ਨਕਾਰਦੀ ਹੈ। ਹੋਰ ਉਹ ਫਿਰ ਆਪਣੇ ਆਪ ਨੂੰ ਔਰ ਇਹ ਬਹੁਤ ਹੀ ਸਿਗਨੀਫਿਕੈਂਟ ਕਿ ਆਪਣੇ ਆਪ ਨੂੰ ਉਹ ਭਗਤੀ ਟਰੈਡੀਸ਼ਨ ਜਿਹੜਾ ਹੈਗਾ ਹੈ ਇੰਡੀਆ ਵਿੱਚ ਉਹਦੇ ਨਾਲ ਜੋੜ ਦਿੰਦੀ ਹੈ। ਭਗਤੀ ਹੋਰ ਭਗਤੀ ਦਾ ਜਿਹੜਾ ਸੋਚਣ ਦਾ ਤਰੀਕਾ ਹੈ ਕਿ ਤੁਸੀਂ ਆਪਣੇ ਰੱਬ ਨੂੰ ਆਪਣੇ ਅੰਦਰ ਹੀ ਢੂੰਡਣਾ ਹੈ, ਕਿ ਬਾਹਰ ਦੀ ਜਿਹੜੀ ਆਈਡੈਂਟੀਟੀਜ ਨੇ ਬਾਹਰ ਦੀ ਜਿਹੜੀ ਪਹਿਚਾਣ ਹੈ ਉਹਦਾ ਕੋਈ ਮਤਲਬ ਨਹੀਂ, ਉਹ ਐਕਸਟਰਨੈਲਿਟੀਜ ਨੇ, ਪਰ ਤੁਸੀਂ ਆਪਣੇ ਅੰਦਰ ਝਾਂਕਣਾ ਹੈ, ਆਪਣੇ ਇੰਟਰਨੈਲਿਟੀਜ ਨੂੰ ਵੇਖਣਾ ਹੈ, ਆਪਣੇ ਮਨ ਵਿੱਚ ਆਪਣੇ ਜਿਗਰ ਵਿੱਚ ਵੇਖਣਾ ਹੈ ਔਰ ਤੁਸੀਂ ਰੱਬ ਨੂੰ ਉੱਥੇ ਹੀ ਟੁੱਟਣਾ ਹੈ। ਤਾਂ ਇਸ ਗੱਲ ਨੂੰ ਲੈ ਕੇ ਉਹ ਆਪਣੇ ਆਪ ਨੂੰ ਦੋ ਚੀਜ਼ਾਂ ਕਰਦੀ ਹੈ, ਇੱਕ ਤੇ ਭਗਤੀ ਟਰੈਡੀਸ਼ਨ ਨਾਲ ਜੋੜ ਦਿੰਦੀ ਹੈ, ਦੂਜੀ ਡਿਸਪਾਈਟ ਹਰ ਪ੍ਰੋਮਿਸਕੁਅਸ ਬੈਕਗਰਾਉਂਡ ਯੂ ਕੈਨ ਸੇ ਡਿਸਪਾਈਟ ਹਰ ਸੈਕਸ਼ੁਅਲਾਈਜ਼ਡ ਬੈਕਗਰਾਉਂਡ ਉਹ ਆਪਣੇ ਆਪ ਨੂੰ ਭਗਤੀ ਦੇ ਛੋਟੇ ਛੋਟੇ ਕੈਰੈਕਟਰਸ ਨੇ ਉਹਨਾਂ ਦੇ ਨਾਲ ਜੋੜ ਦਿੰਦੀ ਹੈ ਤੇ ਕਹਿੰਦੀ ਹੈ ਕਿ ਡਿਸਪਾਈਟ ਦਿਸ ਕਾਇੰਡ ਆਫ ਅ ਸੈਕਸ਼ੁਅਲਾਈਜ਼ਡ ਬੈਕਗਰਾਉਂਡ ਇਟ ਇਜ਼ ਪੋਸੀਬਲ ਫਾਰ ਹਰ ਟੂ ਅਚੀਵ ਲਿਬਰੇਸ਼ਨ ਟੂ ਬੀ ਇਮੈਂਸੀਪੇਟਡ। ਤਾਂ ਉਹ ਦੂਜੀ ਗੱਲ ਉਹ ਕਰਦੀ ਹੈ ਔਰ ਤੀਜੀ ਗੱਲ ਉਹ ਹਿੰਦੂ ਔਰ ਮੁਸਲਮਾਨ ਆਈਡੈਂਟੀਟੀਜ਼ ਦੋਨਾਂ ਨੂੰ ਰਿਜੈਕਟ ਕਰਦੀ ਹੈ। ਤੇ ਥੋੜ੍ਹੀ ਜਿਹੀ ਉਹਨਾਂ ਦੀ ਪੋਇਟਰੀ ਇਨ ਤਿੰਨੋਂ ਚੀਜ਼ਾਂ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਰੱਖਦੀ ਹਾਂ। ਉਹਨਾਂ ਦਾ ਬਹੁਤ ਹੀ ਸਿਗਨੀਫਿਕੈਂਟ ਵਰਸ ਜਿਹੜਾ ਹੈ ਉਹ ਵਰਸ ਇਹ ਕਿ ਬਹੁਤ ਪਾਵਰਫੁਲ ਵਰਸ ਹੈ, ਸੋ ਨਾਲ ਸੁਣੋ। ਉਹ ਕਹਿੰਦੀ ਹੈ ਚਾਹੁਣਾ ਅਸੀਂ ਪਰਦੇਸ ਸਹੀ ਹੋ ਤੁਰਕ ਹਿੰਦੂਆਂ ਪਰੇ ਕਹਾ ਬਣਾਈ, ਜਾਵਣਾ ਅਸੀਂ ਪਰਦੇਸ ਸਹੀ ਹੋ ਤੁਰਕ ਹਿੰਦੂਆਂ ਪਰੇ ਕਹਾ ਬਣਾਈ, ਅਸੀਂ ਤਿਆਗ ਜਾਣਾ ਮਤ ਹਿੰਦੂਆਂ ਦਾ ਨਹੀਂ ਤੁਰਕਾਂ ਦਾ ਕੁਛ ਤਰਾਵਣਾ ਹੈ, ਅਸੀਂ ਤਿਆਗ ਜਾਣਾ ਮਤ ਹਿੰਦੂਆਂ ਦਾ ਨਹੀਂ ਤੁਰਕਾਂ ਦਾ ਕੁਛ ਤਰਾਵਣਾ ਹੈ, ਜਿੱਥੇ ਪਹੁੰਚ ਨਾ ਤੁਰਕ ਤੇ ਹਿੰਦੂਆਂ ਦੀ ਪੀਰੋ ਐਸੇ ਮਕਾਨ ਮੇ ਜਾਵਣਾ ਹੈ, ਜਿੱਥੇ ਪਹੁੰਚ ਨਾ ਤੁਰਕ ਤੇ ਹਿੰਦੂਆਂ ਦੀ ਪੀਰੋ ਐਸੇ ਮਕਾਨ ਮੇ ਜਾਵਣਾ ਹੈ, ਪੀਰੋ ਰਾਮ ਝਰੋਕੜੇ ਬੈਠ ਕੇ ਨੀ ਮੁਜਰਾ ਕੁੱਲ ਜਹਾਨ ਦਾ ਪਾਵਣਾ। ਇੰਨਾ ਉਹਨਾਂ ਦਾ ਪਾਵਰਫੁਲ ਵਰਸ ਹੈ ਜਿਹਦੇ ਵਿੱਚ ਉਹ ਸਿਰਫ ਨਾ ਕਿ ਕੇਵਲ ਉਹ ਹਿੰਦੂ ਮੁਸਲਮਾਨ ਆਈਡੈਂਟੀ ਦੇ ਬਿਯੋਂਡ ਜਾਣਾ ਚਾਹੁੰਦੀ ਕਿ ਉਸਦੇ ਪਰੇ ਮੈਂ ਜਾਣਾ ਚਾਹੁੰਦੀ ਹਾਂ, ਮਗਰ ਉਹ ਇਸ ਗੱਲ ਨੂੰ ਵੀ ਕਹਿੰਦੀ ਕਿ ਕੁੱਲ ਜਹਾਨ ਕੀ ਹੈ, ਇਹ ਲੋਕ ਲਾਜ ਕੀ ਹੈ, ਇਹਦਾ ਮੁਜਰਾ ਮੈਂ ਪਾਉਂਦੀ ਹਾਂ। ਤੇ ਉਹਦੇ ਵਿੱਚ ਉਹ ਆਪਣਾ ਪਰਹੈਪਸ ਈਵਨ ਯੂ ਨੋ ਦ ਪ੍ਰੋਸਟੀਟਿਊਸ਼ਨ ਆਈਡੈਂਟੀ
ਜੋ ਗਾਣਾ ਵਜਾਣ ਵਾਲੀ ਆਈਡੈਂਟੀ ਉਹਦਾ ਨਾਂ ਵੀ ਲੈ ਕੇ ਉਹ ਕਲੈਨ ਔਰ ਜਹਾਨ ਦਾ ਮੁਜਰਾ ਪਾਉਣ ਵਾਸਤੇ ਤਿਆਰ ਹੈ। ਔਰ ਇਸੇ ਤਨ ਵਿੱਚ ਉਹ ਅੱਗੇ ਬੋਲਦੀ ਹੈ ਕਿ ਨਾ ਮੈਂ ਮੁਸਲਮਾਨੀ ਨਾ ਹਿੰਦੂ ਹੋ ਸਾਂ, ਨਾ ਮੈਂ ਵਰਨ ਆਸਰਮ ਹੋ ਨਾ ਭੇਖਲ ਰੋਸਾਂ, ਹਮਰੇ ਲਾਜ ਨਾ ਕੁਲ ਕਛੂ ਲੋਕ ਨਾ ਲਾਜੇ, ਲਾਜ ਨਾ ਬੇਦ ਕਤੇਬ ਦੀ ਕੋ ਪੰਥ ਨਾ ਸਾਜੇ। ਕਿ ਨਾ ਮੈਂ ਮੁਸਲਮਾਨੀ ਹਾਂ, ਨਾ ਮੈਂ ਹਿੰਦੂ ਹਾਂ, ਨਾ ਮੈਂ ਵਰਨ ਆਸ਼ਰਮ ਵਿੱਚ ਹਾਂ, ਹੋਰ ਨਾ ਮੇਰਾ ਕੋਈ ਭੇਕ ਹੈ। ਭੇਕ ਮਤਲਬ ਸਾਰੇ ਜਿਹੜੇ ਸੈਕਟਸ ਹੁੰਦੇ ਸੀ ਉਹਨਾਂ ਦਾ ਇੱਕ ਤਰੀਕਾ ਹੈ ਕਿ ਥੋੜੇ ਆਬਜੈਕਟਸ ਜਾਂ ਥੋੜੇ ਕੋਸਟਿਊਮ ਪਾਉਂਦੇ ਸੀ, ਉਹਦੇ ਨਾਲ ਉਹ ਰੈਕਗਨਾਈਜ਼ ਹੋ ਜਾਂਦੇ ਸੀ, ਤੁਸੀਂ ਸੰਨਿਆਸੀ ਹੋ, ਤੁਸੀਂ ਬੈਰਾਗੀ ਹੋ, ਤੁਸੀਂ ਅਕਾਲੀ ਹੋ, ਤੁਸੀਂ ਨਿਹੰਗ, ਐਟਸੈਟਰਾ ਐਟਸੈਟਰਾ। ਉਹ ਸਾਰੇ ਐਕਸਟਰਨਲ ਆਈਡੈਂਟੀਟੀਜ਼ ਨੂੰ ਰਿਜੈਕਟ ਕਰਦੀ ਹੈ। ਉਹ ਕਹਿੰਦੀ ਹੈ ਨਾ ਸਾਨੂੰ ਕੁਲ ਦੀ ਲਾਜ ਹੈ, ਨਾ ਸਾਨੂੰ ਵੇਦ, ਨਾ ਵੇਦਾਂ ਦੀ, ਨਾ ਕਤੇਬ ਦੀ। ਕਤੇਬ ਆਫਕੋਰਸ ਕੁਰਾਨ ਦਾ ਨਾਂ ਲੈਂਦੀ ਹੈ। ਕਿ ਸਾਡਾ ਕੋਈ ਪੰਥ ਨਹੀਂ ਹੈ, ਪੰਥ ਆਫਕੋਰਸ ਐਕਚੁਅਲੀ ਹੈਗਾ ਗੁਰੂ ਅਮਰਦਾਸ ਜੀ, ਮਗਰ ਉਹ ਸਾਰੀ ਐਕਸਟਰਨਲ ਆਈਡੈਂਟੀਟੀਜ਼ ਨੂੰ ਰਿਜੈਕਟ ਕਰਦੀ। ਹੋਰ ਉਹ ਆਪਣੇ ਆਪ ਨੂੰ ਭਗਤੀ ਦੇ ਜਿਹੜੇ ਸੰਤ ਨੇ ਉਹਨਾਂ ਦੇ ਨਾਲ ਜੋੜਦੀ ਹੈ। ਔਰ ਇਸ ਕੰਟੈਕਸਟ ਵਿੱਚ ਉਹਨਾਂ ਦੀ ਬਹੁਤ ਹੀ ਇੰਪੋਰਟੈਂਟ ਇੱਕ ਬਸ ਹੈ। ਉਹ ਕਹਿੰਦੀ ਹੈ ਨਾਮਾ ਛੀਪਾ ਤਾਰਿਓ ਅਰ ਸੈਣਾ ਨਾਈ, ਕਬੀਰ ਜੁਲਾਹਾ ਤਾਰਿਓ ਤੁਮ ਭਏ ਸਹਾਈ, ਚੋਰ ਯਾ ਰਜਵਾਰਿਓ ਪਰ ਕਿਰਪਾ ਕੀਨੀ, ਬਾਲਮੀਕ ਨਿਸਤਾਰਿਓ ਤੁਮ ਰਤ ਨਾ ਚੀਨੀ, ਪੀਪਾ ਜਾਤ ਚਮਾਰ ਥਾ ਅਰ ਸਧਣਾ ਕਸਾਈ, ਪੀਰੋ ਸਤਿਗੁਰੂ ਨੀਚ ਤਰਾਈ। ਤੇ ਉਹ ਕਹਿੰਦੀ ਹੈ ਕਿ ਇਹ ਸਾਡੇ ਜਿਹੜੇ ਭਗਤੀ ਦੇ ਸੰਤ ਨੇ ਇਹ ਸਾਰੇ ਛੋਟੀ ਜਾਤ ਵਾਲੇ ਨੇ, ਤੁਸੀਂ ਮੈਨੂੰ ਛੋਟੀ ਜਾਤ ਵਾਲਾ ਤੇ ਇਹ ਸਾਰੇ ਹੀ ਛੋਟੀ ਜਾਤ। ਨਾਮਾ ਛੀਪਾ ਹੈ, ਉਹ ਛੀਪਾ ਹੈ ਜਿਹੜਾ ਕੱਪੜਿਆਂ ਨੂੰ ਪ੍ਰਿੰਟ ਕਰਦਾ ਹੈ, ਨਾਮਾ ਛੀਪਾ ਹੈ ਸੈਣਾ ਨਾਹੀ ਹੈ, ਕਬੀਰ ਚੁਲਾਹਾ ਹੈ ਹੋਰ ਤੁਸੀਂ ਉਹਦੇ ਸਹਾਈ ਬਣੇ, ਤੁਸੀਂ ਚੋਰ ਰਜਵਾਰਿਆਂ ਦੋਨਾਂ ਨੂੰ ਇੱਕੋ ਹੀ ਨਜ਼ਰ ਨਾਲ ਵੇਖਿਆ ਹੈ, ਤੁਸੀਂ ਬਾਲਮੀਕ ਦਾ ਕੰਮ ਤਾਰਿਆ ਹੈ, ਪੀਪਾ ਦਾ, ਸਧਣਾ ਦਾ। ਸੋ ਪੀਰੋ ਕਹਿੰਦੀ ਹੈ ਕਿ ਸਤਿਗੁਰੂ, ਔਰ ਸਤਿਗੁਰੂ ਉਹਨਾਂ ਦੇ ਗੁਲਾਬ ਜੀ ਨੇ, ਉਹ ਰੱਬ ਵੀ ਹੈ, ਉਹ ਸਭ ਕੁਛ। ਇਹ ਜਿਹੜੀ ਆਈਡੈਂਟੀ, ਜੋ ਗੁਰੂ ਦੀ ਆਈਡੈਂਟੀ ਹੈ, ਜਿਵੇਂ ਬੁੱਲੇ ਸ਼ਾਹ ਇਨਾਇਤ, ਸ਼ਾਹ ਇਨਾਇਤ ਦੇ ਮੁਰੀਦ ਸਨ, ਉਹ ਉਹਨਾਂ ਦੇ ਮੁਰਸ਼ਿਦ ਸਨ, ਉਸੇ ਤਰ੍ਹਾਂ ਇਹ ਜਿਹੜੀ ਆਈਡੈਂਟੀ ਹੈ ਗੁਰੂ ਦੀ, ਉਹ ਕਹਿੰਦੀ ਕਿ ਸਤਿਗੁਰੂ ਤੁਸੀਂ ਮੈਨੂੰ ਪਾਰ ਲੰਘਾਉਣਾ ਹੈ, ਤੁਸੀਂ ਪਾਰ ਲੰਘਾਉਣਾ ਹੈ, ਹੋਰ ਤੁਹਾਡੇ ਵਾਸਤੇ ਜਿੰਨੀ ਛੋਟੀ ਜਾਤ ਵਾਲਾ ਉਹ ਜ਼ਿਆਦਾ ਹੀ ਉਹਦੇ ਵਿੱਚ ਨਾ ਹੰਕਾਰ ਹੈ, ਨਾ ਉਹਦੇ ਵਿੱਚ ਅਹਿਮ ਆਪਣੀ ਅਹਿਮੀਅਤ ਹੈ, ਤੇ ਉਹ ਪਾਰ ਲੰਘਾਉਣਾ ਆਸਾਨ ਹੈ ਔਰ ਤੁਸੀਂ ਉਹਨਾਂ ਨੂੰ ਪਾਰ ਲਗਾਉਣਾ। ਤੇ ਉਹ ਆਪਣੇ ਆਪ ਨੂੰ ਨਾਵਾਂ ਔਰ ਕਬੀਰ ਦੇ ਨਾਲ ਜੋੜ ਕੇ ਰੱਖਦੀ। ਤੀਜੀ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਉਹ ਨਾਰੀਆਂ ਦੀ ਗੱਲ ਵੀ ਕਰਦੀ, ਔਰਤਾਂ ਦੀ ਗੱਲ ਵੀ ਕਰਦੀ ਹੈ। ਔਰ ਉਹ ਮੀਰਾ ਬਾਈ ਜੋ ਬਹੁਤ ਹੀ ਇੰਪੋਰਟੈਂਟ ਭਗਤੀ ਸੇਂਟ ਹੈ, ਨੌਰਥ ਇੰਡੀਆ ਵਿੱਚ ਬਹੁਤ ਜ਼ਿਆਦਾ ਉਹਦੀ ਮਹਿਤਾ ਹੈ, 15th ਸੈਂਚਰੀ ਦੀ ਸੇਂਟ, ਉਹ ਪੀਰੋ ਥੋੜ੍ਹੀ ਜਿਹੀ ਮੀਰਾ ਬਾਈ ਦੀ ਗੱਲ ਵੀ ਕਰਦੀ ਹੈ। ਦੋ ਤਿੰਨ ਉਹਨਾਂ ਦੇ ਵਰਸਿਸ ਨੇ ਉਹਨਾਂ ਦੀ ਸਿਹਰਫਿਆਂ ਵਿੱਚ, 160 ਕਾਫੀਆਂ ਵਿੱਚ ਵੀ, ਜਿਹਦੇ ਵਿੱਚ ਉਹ ਮੀਰਾ ਦਾ ਰੈਫਰੈਂਸ ਥੋੜ੍ਹਾ ਜਿਹਾ ਉਬਲੀਕ ਤਰੀਕੇ ਨਾਲ ਦਿੰਦੀ ਹੈ। ਫੋਰ ਐਗਜ਼ਾਮਪਲ, ਪੀਰੋ ਜਗ੍ਹਾ ਕਹਿੰਦੀ ਹੈ ਪੀਰੋ ਪੀ ਪਿਆ ਲੜਾ ਮਤਵਾਰੀ ਹੋਈ, ਇਹ ਬਿਲਕੁਲ ਮੀਰਾ ਬਾਈ ਦਾ ਰੈਫਰੈਂਸ ਹੈ, ਕਿਉਂਕਿ ਮੀਰਾ ਬਾਈ ਰਾਣਾ ਨੇ ਪਿਆਲਾ ਭੇਜਿਆ ਸੀ ਜ਼ਹਿਰ ਦਾ ਪੀਣ ਵਾਸਤੇ, ਹੋਰ ਉਹ ਜ਼ਹਿਰ ਪੀ ਕੇ ਮੀਰਾ ਮਰੀ ਨਹੀਂ ਸੀ, ਮਗਰ ਹੋਰ ਵੀ ਉਹਦਾ ਜਿਹੜਾ ਪ੍ਰੇਮ ਸੀ, ਜਿਹੜਾ ਪਿਆਰ ਸੀ ਆਪਣੇ ਗਿਰਧਰ ਗੋਪਾਲ ਦੇ ਨਾਲ, ਕ੍ਰਿਸ਼ਨ ਦੇ ਨਾਲ, ਉਹ ਹੋਰ ਵੱਧ ਜਾਂਦਾ ਹੈ। ਤੇ ਇਸ ਦਾ ਰੈਫਰੈਂਸ ਦੇ ਕੇ ਪੀਰੋ ਕਹਿੰਦੀ ਪੀਰੋ ਪੀ ਪਿਆ ਲੜਾ ਮਤਵਾਰੀ ਹੋਈ। ਸੋ ਉਹ ਰੈਫਰੈਂਸਿਸ ਹੈਗੇ ਨੇ ਇੱਕ ਦੋ ਜਗ੍ਹਾ ਉਹਨਾਂ ਦੀ ਮੀਰਾ ਬਾਈ ਦੀ, ਪਰ ਮੀਰਾ ਦਾ ਨਾਂ ਨਹੀਂ ਉਹ ਲੈਂਦੀ, ਨਾ ਉਹ ਛੋਟੇ ਪਤੀ ਦੇ ਜਿਹੜੀ ਮਾਇਥੋਲੋਜੀ ਹੈ ਉਹਦੇ ਨਾਲ ਜਿਹੜੇ ਛੋਟੀਆਂ
ਨਾਰੀਆਂ ਦੀਆਂ ਕਹਾਣੀਆਂ ਨੇ, ਛੋਟੀਆਂ ਮਹਿਲਾਵਾਂ ਛੋਟੀਆਂ ਔਰਤਾਂ ਦੀਆਂ ਕਹਾਣੀਆਂ ਨੇ, ਉਹਦਾ ਨਾਂ ਲੈਂਦੀ ਹੈ। ਸੋ ਜਸਟ ਵਨ ਰੈਫਰੈਂਸ ਟੂ ਦੈਟ, ਉਹ ਕਹਿੰਦੀ ਹੈ ਰਾਖੋ ਸਰਨੀ ਅਸਰਨ ਕੋ ਹੂੰ ਸੂਦਰ ਨਾਰੀ, ਕਿ ਮੈਨੂੰ ਆਪਣੀ ਸ਼ਰਨ ਰੱਖ ਲਓ, ਮੈਂ ਸ਼ੂਦਰ ਨਾਰੀ ਹਾਂ। ਜਾਤ ਅਜਾਤ ਨਾ ਦੇਖਿਆ ਤੁਮ ਕੁਬਜਾਂ ਤਾਰੀ। ਸੋ ਕੁਬਜਾਂ ਦੀ ਕਹਾਣੀ ਹੈ ਕਿ ਉਹ ਕੁਬਜ ਹੁੰਦੀ ਹੈ, ਉਹ ਕੁਬਜਾ ਹੁੰਦੀ ਹੈ, ਔਰ ਉਹ ਕ੍ਰਿਸ਼ਨਾ ਨੂੰ ਜਾਣਦੀ, ਉਹ ਕ੍ਰਿਸ਼ਨਾ ਨੂੰ ਮਿਲ ਜਾਂਦੀ ਹੈ, ਉਹ ਕ੍ਰਿਸ਼ਨ ਉਹਨੂੰ ਮਿਲ ਜਾਂਦਾ ਹੈ। ਕਹਿੰਦੀ ਜਾਤ ਅਜਾਤ ਨਾ ਦੇਖਿਆ ਤੁਮ ਕੁਬਜਾਂ ਤਾਰੀ, ਚਾਖਤ ਬੇਰਾ ਭੀਲਣੀ ਚੁਣ ਮਿੱਠੇ ਲਿਆਈ, ਤੁਮੀ ਪਿਆਰੇ ਪ੍ਰੇਮ ਕੇ ਤੁਮ ਝੂਠੇ ਖਾਈ। ਕਿ ਜਿਹੜੀ ਭੀਲਣੀ ਹੈ ਸ਼ਬਰੀ ਰਾਮਾਇਣ ਵਿੱਚ, ਉਹ ਰਾਮ ਨੂੰ ਬੇਰ ਖਵਾਉਂਦੀ ਹੈ, ਪਹਿਲੇ ਆਪਣਾ ਖਾ ਕੇ ਕਿ ਮਿੱਠਾ ਹੈ, ਫਿਰ ਉਹ ਭਗਵਾਨ ਨੂੰ ਦਿੰਦੀ ਹੈ, ਰੱਬ ਨੂੰ ਦਿੰਦੀ ਹੈ, ਰਾਮ ਨੂੰ ਦਿੰਦੀ ਹੈ, ਔਰ ਰਾਮ ਨੂੰ ਖਾਧਾ ਜਾਂਦਾ ਹੈ। ਕਹਿੰਦੀ ਹੈ ਚਾਖਤ ਬੇਰਾਂ ਭੀਲਣੀ ਚੁਣ ਮਿੱਠੇ ਲਿਆਈ, ਤੁਮੀ ਪਿਆਰੇ ਪ੍ਰੇਮ ਕੇ ਤੁਮ ਝੂਠੇ ਖਾਈ, ਤਾਰੀ ਗਣ ਕਾ ਅਜਾਮਲ ਨਾ ਪਾਪ ਵਿਚਾਰ। ਤੇ ਅਜਾਮਲ ਅਗੇਨ ਮਾਇਥੋਲੋਜੀਕਲ ਕੈਰੇਕਟਰਸ ਨੇ, ਗਣਕਾ ਅਗੇਨ, ਗਣਕਾ ਇਜ਼ ਅ ਪ੍ਰੋਸਟੀਟਿਊਟ ਹੂ ਯੂ ਨੋ, ਉਹਦਾ ਤੋਤਾ ਹੁੰਦਾ, ਉਹ ਤੋਤਾ ਦਾ ਨਾਮ ਰਾਮ ਜਾਂ ਇਸ ਟਾਈਪ ਦਾ ਕੁਛ ਰੱਖਦੀ ਹੈ, ਤੇ ਉਹ ਰਾਮ ਰਾਮ ਕਹਿੰਦੀ ਰਹਿੰਦੀ। ਤਾਰੀ, ਤੁਸੀਂ ਨਾਮ ਲੈਣ ਤੋਂ ਹੀ, ਨਾਮ ਹਯਾਤ ਪਿਆ, ਤਾਰੀ ਗਣਾ ਅਜਾਮਲ ਨਾ ਪਾਪ ਵਿਚਾਰੇ, ਪੀਰੋ ਕਹਿਸੀ ਸਤਿਗੁਰੂ ਤੁਮ ਨੀਚ ਉਧਾਰੇ। ਤੁਸੀਂ ਨੀਚ ਉਧਾਰਦੇ ਹੋ ਤੁਸੀਂ, ਤੇ ਮੇਰਾ ਵੀ ਉਧਾਰ ਹੋਏਗਾ। ਔਰ ਇਸ ਗੱਲ ਦਾ ਕਿ ਨਾਮ ਦਾ ਔਰ ਗੁਰੂ ਦਾ ਕੀ ਇੰਪੋਰਟੈਂਸ ਹੈ ਉਹਨਾਂ ਦੀ ਪੋਇਟਰੀ ਵਿੱਚ, ਉਹਨਾਂ ਦੇ ਹੋਰ ਪੋਇਟਿਕ ਵਰਸ ਮੈਨੂੰ ਯਾਦ ਆ ਰਿਹਾ ਹੈ, ਜਿਹਦੇ ਵਿੱਚ ਉਹ ਕਹਿੰਦੀ ਹੈ ਕਿ ਆਓ ਮਿਲੋ ਸਹੇਲੀਓਂ ਰਲ ਮਸਲਤ ਕਰੀਏ, ਕਿ ਅਸੀਂ ਮਿਲ ਕੇ ਇਹ ਗੱਲ ਗੱਲਬਾਤ ਕੇ ਕੰਸਲਟ ਕਰੀਏ ਇੱਕ ਦੂਜੇ ਨੂੰ। ਆਓ ਮਿਲੋ ਸਹੇਲੀਓਂ ਰਲ ਮਸਲਤ ਕਰੀਏ, ਭਏ ਸਮੁੰਦ ਅਥਾਹ ਹੈ ਕਹੋ ਕਿਸ ਪਿਤ ਤਰੀਏ, ਭਏ ਸਮੁੰਦ ਅਥਾਹ ਹੈ ਕਹੋ ਕਿਸ ਪਿਤ ਤਰੀਏ, ਪੀਰੋ ਨਾਮ ਜਹਾਜ ਹੈ ਗੁਰ ਖੇਵਟ ਮੇਰਾ, ਪੌਣ ਪ੍ਰੇਮ ਚਲਾਵਸੀ ਪਾਰ ਹੋਸੀ ਤੇਰਾ। ਕਿ ਪੀਰੋ ਨਾਮ, ਨਾਮ ਲੈਣਾ, ਰਿਪੀਟ ਕਰਨਾ ਨਾਮ, ਜੋ ਵੀ ਤੁਹਾਡਾ ਮੰਤਰ ਹੈ, ਚਾਹੇ ਉਹ ਸੋਹ ਚਾਹੇ ਉਹ ਰਾਮ ਰਾਮ ਹੈ, ਪੀਰੋ ਨਾਮ ਜਹਾਜ ਹੈ ਗੁਰ ਖੇਵਟ, ਗੁਰੂ ਜਿਹੜਾ ਹੈ ਉਹ ਮੇਰਾ ਬੋਟਮੈਨ ਹੈ, ਉਹ ਕੇਵਟ ਹੈ, ਪੀਰੋ ਨਾਮ ਜਹਾਜ, ਨਾਮ ਹੈ ਬੋਟ ਔਰ ਗੁਰੂ ਬੋਟਮੈਨ ਹੈ, ਪੀਰੋ ਨਾਮ ਜਹਾਜ ਹੈ ਗੁਰ ਖੇਵਟ ਮੇਰਾ, ਕੌਣ ਪ੍ਰੇਮ ਚਲਾਵਸੀ ਪਰ ਉਸੀ, ਔਰ ਜੋ ਪ੍ਰੇਮ ਦੀ ਉਹ ਹਵਾ ਚਲਾਏਗਾ ਸਾਡੀ ਜਿਹੜੀ ਬੋਟ ਹੈ, ਸਾਡੀ ਜਿਹੜੀ ਨਈਆ ਹੈ, ਉਹ ਦੂਜੇ ਪਾਰ ਚਲੀ ਜਾਏਗੀ। ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਇਹ ਤੁਸੀਂ ਕਹੋਗੇ ਬਹੁਤ ਹੱਦ ਤੱਕ ਇਹ ਆਲਮੋਸਟ ਐਵਰੀ ਯੂ ਨੋ ਯੂਲ ਫਾਈਂਡ ਦਮ ਇਨ ਵਿਦਇਨ ਸੂਫੀ ਲਿਟਰੇਚਰ, ਸਿਮਿਲਰ ਕਾਇੰਡਸ ਆਫ ਰੈਫਰੈਂਸਿਸ ਯੂਲ ਫਾਈਂਡ ਵਿਦਇਨ ਸੂਫੀ ਲਿਟਰੇਚਰ, ਯੂਲ ਫਾਈਂਡ ਇਨ ਯੂ ਨੋ ਭਗਤੀ ਲਿਟਰੇਚਰ ਐਂਡ ਸੋ ਔਨ ਐਂਡ ਸੋ ਫੋਰਥ। ਹੋਰ ਫਾਈਨਲੀ ਉਹਨਾਂ ਦੀ ਇੱਕ ਵਰਸ ਮੈਂ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ, ਜਿਸ ਵਰਸ ਵਿੱਚ ਉਹ ਕਹਿੰਦੇ ਕਿ ਸਾਰੇ ਜਿਹੜੇ ਰੱਬ ਦੇ ਬੰਦੇ ਨੇ, ਉਹ ਸਾਰੇ ਰੱਬ ਦੇ ਇਸ ਦੁਨੀਆਂ ਵਿੱਚ ਉਹਨਾਂ ਨੂੰ ਤਕਲੀਫ ਪਾਉਣੀ ਪੈਂਦੀ ਹੈ। ਤਾਂ ਆਪਣੀ ਤਕਲੀਫ ਦੀ ਜਿਹੜੀ ਗੱਲ ਕਰਦੀ ਹੈ, ਉਹ ਆਪਣੀ ਤਕਲੀਫ ਜਿਵੇਂ ਉਹਨੂੰ ਟ੍ਰੀਟ ਕੀ ਯੂ ਨੋ ਉਹਨੂੰ ਕਿਡਨੈਪ ਕਰ ਲੈਂਦੇ ਨੇ, ਉਹਨੂੰ ਇਮਪ੍ਰਿਜ਼ਨ ਕਰਕੇ ਰੱਖਦੇ ਨੇ, ਐਟਸੈਟਰਾ ਐਟਸੈਟਰਾ। ਉਹ ਕਹਿੰਦੀ ਹੈ ਕਿ ਸਾਰੇ ਰੱਬ ਦੇ ਬੰਦਿਆਂ ਨੂੰ ਇਸ ਹੀ ਤਰ੍ਹਾਂ ਟ੍ਰੀਟ ਕੀਤਾ ਹੈ। ਹੋਰ ਉਹ ਤੇ ਉਹ ਆਪਣੇ ਆਪ ਨੂੰ ਕਬੀਰ ਦੇ ਨਾਲ ਹੋਰ ਹੋਰ ਸੁਣੋ ਹੋਰ ਕਿਹਦੇ ਨਾਲ ਜੋੜਦੀ ਹੈ। ਪੀਰੋ ਕੈਸੀ ਸਤਿਗੁਰੂ ਇਨ ਸਰਾ ਪਿਆਰੀ, ਸਰਾ ਉਹ ਸ਼ਰਿਆ ਨੂੰ ਕਹਿੰਦੀ ਹੈ, ਉਹਦਾ ਲੋਕਲ ਲੈਂਗੁਏਜ ਵਿੱਚ, ਡਾਇਲੈਕਟ ਵਿੱਚ ਉਹਨੂੰ ਸਰਾ ਕਹਿੰਦੇ ਨੇ। ਪੀਰੋ ਕੈਸੀ ਸਤਿਗੁਰੂ ਇਨ ਸਰਾ ਪਿਆਰੀ, ਗੋਤੇ ਦਿਓ ਕਬੀਰ ਕੋ ਇਨ ਬਿਨਚਾਰੀ, ਸੂਲੀ ਦਿਓ ਮਨਸੂਰ ਕੋ ਖਲ ਸਮਸ ਲਾਹੀ, ਔਰ ਦੁਖਾਏ ਕੇਤੜੇ ਹਮ ਕੇਤ ਨਾਹੀ। ਪੀਰੋ ਕੈਸੀ ਸਤਿਗੁਰੂ, ਤੁਹਾਨੂੰ ਇਹ ਸਾਰੀ ਦੁਨੀਆਂ ਨੂੰ ਸ਼ਰੀਆ ਹੀ ਪਿਆਰਾ ਹੈ, ਹੋਰ ਉਹਦੇ ਨਾਂ ਲੈ ਕੇ ਉਹ ਲੋਕਾਂ ਦੀ ਜ਼ਿੰਦਗੀ ਖਰਾਬ ਕਰਦੇ ਨੇ, ਉਹਦੇ ਨਾਂ ਲੈ ਕੇ ਉਹ ਕਬੀਰ ਜਿਵੇਂ
ਰੱਬ ਦੇ ਬੰਦੇ ਨੂੰ ਉਹਨੂੰ ਗੰਗਾ ਵਿੱਚ ਡੁਬੋਣ ਦੀ ਕੋਸ਼ਿਸ਼ ਕੀਤੀ ਸੁਲਤਾਨ ਨੇ ਲੋਧੀ ਨੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੋ ਗੋਤੇ ਦਿਓ ਕਬੀਰ ਕੋ ਇਨ ਬਿਨਾ ਬਿਨਾ ਸੋਚ ਕੇ ਗੁਰ ਸੂਲੀ ਦਿਓ ਮਨਸੂਰ ਸੋ ਮਨਸੂਰ ਅਲ ਹਲਜ ਦਾ ਉਹ ਨਾਂ ਲੈਂਦੀ ਹੈ ਇੱਥੇ ਕਿ ਮਨਸੂਰ ਨੂੰ ਵੀ ਉਹਨਾਂ ਨੇ ਸੂਲੀ ਤੇ ਚੜਾ ਦਿੱਤਾ ਹੋਰ ਖਲ ਸਮਝ ਲਾਹੀ ਔਰ ਸ਼ਮਸ ਸ਼ਮਸ ਦੀ ਖਲ ਉਹਨਾਂ ਨੂੰ ਉਹਦੀ ਪੂਰੀ ਖਲ ਉਹਨਾਂ ਨੇ ਲਾ ਦਿੱਤੀ ਉਹਨਾਂ ਨੂੰ ਟੋਰਚਰ ਕੀਤਾ ਤੇ ਹੋਰ ਮੈਂ ਤੁਹਾਨੂੰ ਕਿੰਨੇ ਦੁੱਖ ਸੁਣਾਵਾਂ ਇਹ ਸਾਰੇ ਰੱਬ ਦੇ ਬੰਦਿਆਂ ਨੇ ਦੁੱਖ ਸਹੇ ਸੋ ਫਾਈਨਲੀ ਮਨਸੂਰ ਦੀ ਗੱਲ ਕਹਿ ਕੇ ਮੈਂ ਆਖਰੀ ਇੱਕ ਦੋ ਗੱਲਾਂ ਕਹਿਣਾ ਚਾਹੁੰਦੀ ਹਾਂ ਔਰ ਬੁੱਲੇ ਸ਼ਾਹ ਨਾਲ ਥੋੜਾ ਜਿਹਾ ਜੋੜਨੀ ਆ ਬੁੱਲੇ ਸ਼ਾਹ ਦਾ ਕੀ ਕਨੈਕਸ਼ਨ ਕੋਈ ਹੋ ਸਕਦਾ ਹੈ ਗੁਲਾਬਦਾਸੀਆਂ ਦੇ ਨਾਲ ਕਿਉਂਕਿ ਤੁਸੀਂ ਅਗਰ ਬੁੱਲੇ ਸ਼ਾਹ ਦੀ ਪੋਇਟਰੀ ਪਾਕਿਸਤਾਨ ਵਿੱਚ ਸਭੀ ਲੋਕ ਉਹਨਾਂ ਦੀ ਪੋਇਟਰੀ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ ਮੇਰੇ ਕੋਲ ਉਹਨਾਂ ਦੀ ਕਿਤਾਬ ਵੀ ਨਹੀਂ ਹੈ ਕਿਉਂਕਿ ਇਹ ਕੋਵਿਡ ਦੇ ਜ਼ਮਾਨੇ ਵਿੱਚ ਉਹ ਮੇਰੇ ਆਫਿਸ ਵਿੱਚ ਪਈ ਹੈ ਘਰ ਵਿੱਚ ਉਹਨਾਂ ਦੀ ਕਾਫੀਆਂ ਨਹੀਂ ਨੇ ਫਿਰ ਵੀ ਇੱਕ ਗੱਲ ਤੇ ਬਹੁਤ ਕਲੀਅਰ ਹੈ ਕਿ ਬੁੱਲੇ ਸ਼ਾਹ ਦੀ ਜਿਹੜੀ ਪੋਇਟਰੀ ਦੀ ਜੋ ਲੈਂਗੁਏਜ ਹੈ ਉਹ ਤੁਸੀਂ ਕਹਿ ਸਕਦੇ ਹੋ ਕਿ ਵੈਸਟਰਨ ਪੰਜਾਬੀ ਹੈ ਜਾਂ ਸਰਾਇਕੀ ਕਹਿ ਸਕਦੇ ਹੋ ਮੁਲਤਾਨੀ ਕਹਿ ਸਕਦੇ ਹੋ ਮੱਝੀ ਕਹਿ ਸਕਦੇ ਹੋ ਜਿਹੜੀ ਪੀਰੋ ਹੋਰ ਗੁਲਾਬਦਾਸ ਦੀ ਲੈਂਗੁਏਜ ਹੈ ਉਹ ਵੈਰੀ ਮੱਚ ਵਿਦ ਇਨ ਦ ਸਿੱਖ ਟ੍ਰੈਡੀਸ਼ਨ ਦਿਸ ਕਾਇੰਡ ਆਫ ਅ ਲੈਂਗੁਏਜ ਇਜ਼ ਯੂਜ਼ਡ ਵਿਚ ਇਜ਼ ਇਟਸ ਪੰਜਾਬੀ ਵਿਦ ਅ ਲੋਟ ਆਫ ਬ੍ਰਜ ਇਨ ਇਟ ਦਿਸ ਇਜ਼ ਦ ਸਿੱਖ ਸੇਕ੍ਰਿਡ ਲੈਂਗੁਏਜ ਆਫਕੋਰਸ ਦ ਗੁਰੂ ਗ੍ਰੰਥ ਸਾਹਿਬ ਉਹ ਸਾਧੂ ਕੜੀ ਵਿੱਚ ਕਹਿੰਦੇ ਸਾਧੂਆਂ ਦੀ ਲੈਂਗੁਏਜ ਸਾਧੂਆਂ ਦੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਸਾਧੂ ਕੜੀ ਉਹਨੂੰ ਕਹਿ ਸਕਦੇ ਹੋ ਹੋਰ ਐਜ਼ ਯੂ ਮੂਵ ਟੁਵਰਡਸ 18th ਸੈਂਚਰੀ ਤੁਸੀਂ ਉਹ ਲੈਂਗੁਏਜ ਵਿੱਚ ਬਹੁਤ ਜ਼ਿਆਦਾ ਬ੍ਰਜ ਦਾ ਇਸਤੇਮਾਲ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਬ੍ਰਜ ਵਿੱਚ ਲਿਖਦੇ ਨੇ ਉਹ ਪਰਸ਼ਨ ਵਿੱਚ ਵੀ ਲਿਖਦੇ ਨੇ ਉਹ ਬ੍ਰਜ ਵਿੱਚ ਵੀ ਲਿਖਦੇ ਨੇ ਉਹ ਪੰਜਾਬੀ ਵਿੱਚ ਵੀ ਲਿਖਦੇ ਨੇ ਸੋ ਲੈਂਗੁਏਜ ਯੂਜ਼ ਇਜ਼ ਡਿਫਰੈਂਟ ਬਟ ਦ ਸੈਂਟੀਮੈਂਟਸ ਦੈਟ ਸੀ ਇਨਸਾਈਡ ਇਟ ਉਹਦੇ ਵਿੱਚ ਜੋ ਫੀਲ ਹੈ ਉਹਦੇ ਵਿੱਚ ਜੋ ਇਮੋਸ਼ਨ ਹੈ ਜੋ ਜਜ਼ਬਾ ਹੈ ਉਹਦੇ ਵਿੱਚ ਤੁਸੀਂ ਵੇਖੋਗੇ ਕਿ ਬਹੁਤ ਸਾਰੀਆਂ ਸਿਮਿਲੈਰਿਟੀਜ਼ ਨੇ ਜੋ ਰੈਫਰੈਂਸਿਸ ਨੇ ਉਹਦੇ ਵਿੱਚ ਤੁਸੀਂ ਵੇਖੋਗੇ ਕਿ ਬਹੁਤ ਸਾਰੀਆਂ ਸਿਮਿਲੈਰਿਟੀਜ਼ ਨੇ ਸੋ ਬੁੱਲੇ ਸ਼ਾਹ ਦਾ ਕੀ ਕਨੈਕਸ਼ਨ ਹੋ ਸਕਦਾ ਹੈ ਇੱਕ ਕਨੈਕਸ਼ਨ ਤੇ ਕਸੂਰ ਦਾ ਹੈ ਸਾਫ ਕਿ ਗੁਲਾਬਦਾਸੀ ਉਹਨਾਂ ਦਾ ਚਿੱਠਿਆਂ ਵਾਲਾ ਜਿਹੜਾ ਡੇਰਾ ਹੈ ਉਹ ਕਸੂਰ ਵਿੱਚ ਹੈ ਹੋਰ ਬੁੱਲੇ ਸ਼ਾਹੀ ਡੇਰਾ ਵੀ ਕਸੂਰ ਵਿੱਚ ਹੀ ਹੈਗਾ ਜਿਹੜੇ ਸਿੱਖਾਂ ਸੋਰਸਿਸ ਸਾਨੂੰ ਮਿਲਦੇ ਨੇ ਜਿਵੇਂ ਗਣੇਸ਼ਾ ਸਿੰਘ ਦੀ ਮੈਂ ਗੱਲ ਕੀਤੀ ਕਿ ਗਣੇਸ਼ਾ ਸਿੰਘ ਜਿਹੜੇ ਨਿਰਮਲੇ ਸੀ ਉਹਨਾਂ ਦਾ ਭਾਰਤ ਮਤ ਦਰਪਣ ਵਿੱਚ ਉਹ ਕਾਫੀ ਸਟ੍ਰੇਟ ਫਾਰਵਰਡ ਕਹਿੰਦੇ ਨੇ ਕਿ ਗੁਲਾਬਦਾਸੀਆਂ ਤੇ ਸੂਫੀਆਂ ਦਾ ਬਹੁਤ ਜ਼ਿਆਦਾ ਅਸਰ ਹੈ ਔਰ ਬੁੱਲੇ ਸ਼ਾਹੀ ਸੂਫੀਆਂ ਦਾ ਅਸਰ ਹੈ ਹੋਰ ਸੋਰਸਿਸ ਨੂੰ ਬੁੱਲੇ ਸ਼ਾਹੀ ਸੂਫੀ ਨਹੀਂ ਕਹਿੰਦੇ ਉਹ ਕਹਿੰਦੇ ਨੇ ਕਿ ਖਾਕੀ ਸ਼ਾਹ ਕੋਈ ਸੂਫੀ ਫਕੀਰ ਸੀ ਔਰ ਉਹਨਾਂ ਦੀ ਉਹਨਾਂ ਦਾ ਅਸਰ ਹੈ ਗੁਲਾਬਦਾਸੀ ਤੇ ਸੋ ਦੇਰ ਇਜ਼ ਅ ਕਨੈਕਸ਼ਨ ਯੂ ਨੋ ਪਰਹੈਪਸ ਅ ਡਾਇਰੈਕਟ ਕਨੈਕਸ਼ਨ ਵਿਦ ਵਿਦ ਸਮ ਕਾਇੰਡ ਆਫ ਅ ਸੂਫੀ ਥਾਟ ਯੂ ਵਿਲ ਆਲਸੋ ਸੀ ਕਿ ਪੀਰੋ ਕਾਫੀ ਵਾਰ ਆਪਣੀ ਸਿਹਰਫੀਆਂ ਵਿੱਚ ਦੇਰ ਇਜ਼ ਅ ਰੈਫਰੈਂਸ ਟੂ ਦ ਸੂਫੀ ਜੋ ਉਹਨਾਂ ਦੇ ਸਟੇਜਿਸ ਆਫ ਐਵੋਲੂਸ਼ਨ ਹੈ ਸਟੇਜਿਸ ਆਫ ਰੀਚਿੰਗ ਰੱਬ ਹੈ ਤੁਸੀਂ ਯੂ ਵਿਲ ਫਾਈਂਡ ਦੈਟ ਸ਼ੀ ਮੇਕਸ ਰੈਫਰੈਂਸ ਟੂ ਇਟ ਇੱਕ ਉਹਨਾਂ ਦੀ ਕਾਫੀ ਅਗਰ ਲੱਭ ਜਾਂਦੀ ਹੈ ਤੇ ਉਹਦੇ ਵਿੱਚ ਉਹ ਕਾਫੀ ਡਾਇਰੈਕਟਲੀ ਰੈਫਰੈਂਸ ਦਿੰਦੀ ਹੈ ਯੂ ਨੋ ਸ਼ਰੀਅਤ ਤਰੀਕਤ ਐਟਸੈਟਰਾ ਐਟਸੈਟਰਾ ਮਾਰਫਤ ਰੈਫਰੈਂਸ ਦਿੰਦੀ ਮੈਨੂੰ ਲੱਭ ਨਹੀਂ ਰਹੀ ਹੈ ਤੇ ਯੂ ਵਿਲ ਫਾਈਂਡ ਦੈਟ ਦੈਟ ਕਾਇੰਡ ਆਫ ਅ ਰੈਫਰੈਂਸ ਇਜ਼ ਦੇਅਰ ਦੈਨ ਦੇਅਰ ਆਰ ਲੋਟ ਆਫ ਦੇਅਰ ਇਜ਼ ਅ ਲੋਟ ਆਫ ਸਕਾਲਰਲੀ ਵਰਕ ਇਨ ਵਿਚ ਇਨਕਰੀਜ਼ਿੰਗਲੀ ਯੂ ਨੋ ਐਨ ਮੇਰੀ ਸ਼ਮੈਲ ਵੈਨ ਸ਼ੀ ਵਾਜ਼ ਰਾਈਟਿੰਗ ਤੇ ਉਹ ਰੈਫਰੈਂਸ ਦਿੰਦੇ ਨੇ ਕਿ ਦ ਅਦਵਾਈਤਾ ਆਈਡੀਆ ਆਫ ਸੁਪਰੀਮ ਬ੍ਰਾਹਮਣ ਓਕੇ ਕਿ ਮੈਂ ਹੀ ਬ੍ਰਾਹਮਣ ਅਹਮ ਬ੍ਰਹਮਾ ਅਸਮੀ
यू नो दैट आइडिया कि मैं ही ब्राह्मण हूँ, जिद गुलाबदास सर तो बहुत ही डायरेक्ट और रेफरेंस देते हैं, और इस गल गुलाबदास के तुसी वर्सेस विच बार बार तुसी वो इस टाइप का रेफरेंस देखोगे। उन्हों लिंक कर सकते हो तुसी मंसूर के आइडिया के नाल कि वेन मंसूर सेड अनल हक, उदे विच मंसूर अपने आप नू आई एम ट्रूथ, राइट, और जी आइडिया कि रब मेरे विच ही है और मैं अपने विच ही रब आई कैन फाइंड दैट आइडिया ऑफ बीइंग ट्रूथ हक एंड अनल हक का जरा रेफरेंस है तुसी उबले शाह की पोइट्री विच भी देखोगे, गुलाबदास की पोइट्री विच भी देखोगे, तुसी पीरो की पोइट्री विच भी देखोगे। सो लेट मी गिव यू वन ऑफ टू रेफरेंसेस इफ आई फाइंड देम। हाँ, तो पीरो फॉर एग्जाम्पल लिखती है कि कहो सबूती अनल हक ये कलमा सच, क्योंकि एक्स ए अनल हक जरा है ए ठीक कलमा है, एदी हक एदा ओ बहुत ज्यादा रेफरेंसेस दें दिए। और जगह वो दें दिए कि रेफरेंसेस की हक मजबूर दिखायो कुल आलम, सो जरा गुरु ने मैनू दिखाया आलम ओदे विच ओ हक हर जगह मैनु वखाया से अनल हक था। और अनल हक नू लेके वो कहती है कि लोगों नू जो जो अनल हक कहते ने हाँ रेफरेंस है कि खोल कुवाड़े जिकर के तुम दियो हमारे हक मौजूद दिखलायो कुल आलम यारे, कि तुसी मेरे जिगर दे कुवाड़े खोल दिते ने, दरवाजे खोल दिते ने और हक नू हर जगह तुसी मैनु वखाया। ਹੋਰ ਇਹ ਤੁਸੀਂ ਬੁੱਲੇ ਸ਼ਾਹ ਦੀ ਜਿਹੜੀ ਰੈਫਰੈਂਸ ਹੈ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਬੁੱਲਿਆ ਗੈਰ ਸ਼ਰਾਨਾ ਹੋ ਮੂੰਹੋਂ ਨਾ ਅਨਲ ਹੱਕ ਹੋ ਚਰਸੂਲੀ ਡੱਲੇ ਗਾਵੇਂਗਾ। ਹੋਰ ਫਾਈਨਲੀ ਫਿਰ ਉਹ ਇਹ ਵੀ ਕਹਿੰਦੀ ਹੈ ਕਿ ਜੋ ਅਨਲ ਹੱਕ ਕਹਿੰਦੇ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ। ਜੇ ਕੇ ਸਤ ਕਹਿਤ ਹੈ ਤਾਂ ਖਲ ਰਹੇ ਸੇ ਜੇ ਕੋ ਕਹਿਸੀ ਅਨਲ ਹੱਕ ਬਰਦਾਰ ਕਰੇ ਸੇ, ਕਿ ਜੋ ਅਨਲ ਹੱਕ ਕਹਿੰਦੇ ਉਹਨਾਂ ਨੂੰ ਡਿਸਇਨਹੈਰਿਟ ਕਰ ਦਿਆ ਜਾਂਦਾ, ਉਹਨਾਂ ਨੂੰ ਬਰਦਾਰ ਕਰ ਦਿਆ ਜਾਂਦਾ ਹੈ। ਔਰ ਇਸੀ ਰੈਫਰੈਂਸ ਵਿੱਚ ਤੁਸੀਂ ਕਹੋਗੇ ਕਿ ਬਹੁਤ ਸਾਰੇ ਬੁੱਲੇ ਸ਼ਾਹ ਦੀਆਂ ਕਾਫੀਆਂ ਨੇ ਜਿਹਦੇ ਵਿੱਚ ਉਹ ਮਨਸੂਰ ਦਾ ਰੈਫਰੈਂਸ ਦਿੰਦੇ ਨੇ, ਸ਼ਮਸ ਦਾ ਰੈਫਰੈਂਸ ਦਿੰਦੇ ਨੇ, ਜਿਵੇਂ ਪੋਇਟਰੀ ਵਿੱਚ ਵੀ ਮਿਲਦਾ ਹੈ ਸਾਨੂੰ, ਉਹ ਜਿਵੇਂ ਗੁਲਾਬਦਾਸ ਦੀ ਪੋਇਟਰੀ ਵਿੱਚ ਵੀ ਮਿਲਦਾ ਹੈ। ਔਰ ਫਾਈਨਲ ਚੀਜ਼ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਬੁੱਲੇ ਸ਼ਾਹ ਦੀ ਜਿਹੜੀ ਬਹੁਤ ਹੀ ਫੇਮਸ ਉਹਨਾਂ ਦੀ ਕਾਫੀ ਹੈ, ਔਰ ਜੋ ਰਵੀ ਸ਼ੇਰਗਿੱਲ ਨੇ ਗਾ ਕੇ 2005 ਵਿੱਚ ਉਹਨਾਂ ਨੇ ਜਦ ਗਾਇਆ ਬੁੱਲਾ ਕੀ ਜਾਣਾ ਮੈਂ ਕੌਣ, ਉਹ ਗਾ ਕੇ ਉਹਨਾਂ ਨੇ ਉਹ ਬਹੁਤ ਹੀ ਜ਼ਿਆਦਾ ਪਾਪੂਲਰ ਕਰ ਦਿੱਤੀ। ਆਫਕੋਰਸ ਬੁੱਲੇ ਸ਼ਾਹ ਪਾਕਿਸਤਾਨ ਵਿੱਚ ਤੇ ਪਾਪੂਲਰ ਹੈਗੇ ਹੀ ਨੇ, ਬਾਲੀਵੁੱਡ ਵਿੱਚ ਬਹੁਤ ਜ਼ਿਆਦਾ ਪਾਪੂਲਰ ਨੇ, ਸਭ ਜਾਣਦੇ ਹੋ ਕਿ ਬਾਲੀਵੁੱਡ ਦੇ ਕਿੰਨੇ ਕਿੰਨੇ ਗਾਣਿਆਂ ਵਿੱਚ ਬੁੱਲੇ ਸ਼ਾਹ ਦਾ ਰੈਫਰੈਂਸ ਤੁਹਾਨੂੰ ਮਿਲਦਾ ਹੈ। ਇਹ ਦਿਲ ਹੈ ਮੁਸ਼ਕਿਲ ਦਾ ਜਿਹੜਾ ਹੈ ਬਹੁਤ ਫੇਮਸ ਗਾਣਾ ਬੁੱਲੇ ਦਾ ਹੈਗਾ ਹੈ। ਔਰ ਇਹ ਕਾਫੀ ਮਤਲਬ ਮੈਨੂੰ ਜਿਹੜਾ ਲਾਸਟ ਸਭ ਤੋਂ ਅਰਲੀ ਰੈਫਰੈਂਸ ਉਹ ਮਿਲਦਾ ਹੈ, ਸ਼ਾਇਦ ਉਹ ਰੈਫਰੈਂਸ ਹੈਗਾ ਹੈ ਫਿਲਮ ਬੋਬੀ ਦਾ 1971 ਵਿੱਚ, ਕਿ ਬੇਸ਼ੱਕ ਮਸਜਿਦ ਮੰਦਿਰ ਨੂੰ ਤੋੜੋ ਬੁੱਲੇ ਸ਼ਾਹ ਇਹ ਕਹਿਤਾ ਪਰ ਪਿਆਰ ਭਰਾ ਦਿਲ ਕਭੀ ਨਾ ਤੋੜੋ ਇਸ ਦਿਲ ਮੇਂ ਰਹਿਤਾ। ਸੋ ਇਸ ਟਾਈਪ ਦੇ ਰੈਫਰੈਂਸਿਸ ਆਰ ਵੈਰੀ ਵੈਰੀ ਸਿਗਨੀਫਿਕੈਂਟ। ਸੋ ਬੁੱਲਾ ਇਜ਼ ਵੈਰੀ ਵੈਰੀ ਪਾਪੂਲਰ ਇਨ ਇੰਡੀਆ, ਬਟ ਬੁੱਲਾ ਕੀ ਜਾਣਾ ਮੈਂ ਕੌਣ, ਇਹ ਜਿਹੜੀ ਉਹਨਾਂ ਦੀ ਕਾਫੀ ਹੈ, ਉਹਦੇ ਵਿੱਚ ਆਖਰ ਦ ਲਾਸਟ ਫੋਰ ਲਾਈਨਸ ਆਫ ਦੈਟ ਕਾਫੀ ਆਰ ਅਵਲ ਆਖਰ ਆਪ ਨੂੰ ਜਾਣਾ ਨਾ ਕੋਈ ਦੂਜਾ ਹੋਰ ਪਛਾਣਾ ਮੈਥੋਂ ਹੋਰ ਨਾ ਕੋਈ ਸਿਆਣਾ ਬੁੱਲਾ ਸ਼ਾਹ ਖੜਾ ਹੈ ਕੌਣ, ਰਾਈਟ। ਔਰ ਪੰਜਾਬੀ ਲਿਟਰੇਚਰ ਦੇ ਬਹੁਤ ਵਿਦਵਾਨ ਕ੍ਰਿਸਮਸ ਨੇ ਇਸ ਪਰਟੀਕੁਲਰ ਕਾਫੀ ਨੂੰ ਕਿਹਾ ਹੈ ਕਿ ਇਹ ਸਿੱਧਾ ਜਲਾਲੂਦੀਨ ਰੂਮੀ ਦੀ ਕਾਫੀ ਦਾ ਅਸਰ ਇਸ ਕਾਫੀ ਵਿੱਚ ਤੁਸੀਂ ਬਹੁਤ ਜ਼ਿਆਦਾ ਵੇਖਦੇ ਹੋ, ਕਿਉਂਕਿ ਉਹਦੇ ਵਿੱਚ ਵੀ ਉਹ ਆਪਣੇ ਆਪ ਨੂੰ ਕਹਿੰਦੇ ਨਾ ਮੈਂ ਜੂ ਨਾ ਮੈਂ ਜ਼ੋਰਾਸਟਰ ਨਾ ਮੈਂ ਇਹ ਨਾ ਮੈਂ ਵੋ, ਔਰ ਇਹਦੇ ਵਿੱਚ ਵੀ ਬੁੱਲੇ ਸ਼ਾਹ
ਬਹੁਤ ਕਹਿੰਦੇ ਨਾਮ ਹੈ ਤੁਰਕ ਪਿਸ਼ੌਰੀ, ਨਾਮ ਹੈ ਹਿੰਦ ਪੌਰੀ ਓਰ ਵਟੈਵਰ। ਅੰਤ ਵਿੱਚ ਉਹ ਕਹਿੰਦਾ ਕਿ ਅਵਲ ਆਖਰ ਆਪ ਨੂੰ ਜਾਣ। ਸੋ ਇਹ ਆਪ ਨੂੰ ਜਾਣਨ ਵਾਲੀ ਜਿਹੜੀ ਗੱਲ ਹੈ, ਇਹ ਗੱਲ ਤੁਸੀਂ, ਮੈਂ ਲਾਸਟ ਚੀਜ਼ ਇਹ ਕਹਿਣਾ ਚਾਹੁੰਦੀ ਹਾਂ, ਇਹ ਗੱਲ ਜਿਹੜੀ ਹੈ ਕਿ ਆਪਣੇ ਆਪਣੇ ਇਟਸ ਨੋਟ ਨੈਸੈਸਰੀਲੀ ਦੈਟ ਵੀ ਟਾਕ ਅਬਾਊਟ ਸਿੰਕ੍ਰੈਟਿਜ਼ਮ ਕਿ ਇਹ ਯੂ ਨੋ ਸਭ ਮਿਲਾ ਜੁਲਾ ਕੇ ਤੁਸੀਂ ਕੁਛ ਨਵੀਂ ਚੀਜ਼ ਬਣਾਉਂਦੇ ਹੋ। ਸਭ ਆਪਣੇ ਆਪਣੇ ਟਰੈਡੀਸ਼ਨ ਵਿੱਚ, ਆਪਣੇ ਟਰੈਡੀਸ਼ਨ ਨੂੰ ਜਾਣ ਕੇ, ਪਹਿਚਾਣ ਕੇ, ਪੜ੍ਹ ਕੇ, ਇੰਵਾਈਵ ਕਰਕੇ ਉਹਨੂੰ ਆਪਣੇ। ਗੁਲਾਬਦਾਸੀਆਂ ਦਾ ਅਦਵਾਈਤ ਟਰੈਡੀਸ਼ਨ ਹੈ ਤੇ ਸੂਫੀਆਂ ਦਾ ਭੁੱਲੇ ਸ਼ਾਹ ਦਾ ਕਦੀਰੀਆ ਸ਼ਤਾਰੀ ਸੂਫੀ ਟਰੈਡੀਸ਼ਨ ਜਿਹੜਾ ਹੈਗਾ ਹੈ ਉਹਦੇ ਵਿੱਚ, ਫਿਰ ਵੀ ਤੁਸੀਂ ਅਕਰੋਸ ਦੀਜ਼ ਟਰੈਡੀਸ਼ਨਸ ਤੁਸੀਂ ਕੁਛ ਸਿਮਿਲੈਰਿਟੀ ਵੇਖਦੇ ਹੋ ਔਰ ਉਸ ਸਿਮਿਲੈਰਿਟੀ ਵਿੱਚ ਕਾਨਵਰਸੇਸ਼ਨ ਹੋ ਸਕਦੇ ਹਨ, ਹੋ ਸਕਦੀ ਹੈ, ਆਪਸ ਵਿੱਚ ਗੱਲਬਾਤ ਹੋ ਸਕਦੀ ਹੈ, ਐਕਸਚੇਂਜ ਹੋ ਸਕਦਾ ਹੈ ਔਰ ਇਹ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਹੋਰ ਜਿਹੜੇ ਬੁੱਲੇ ਸ਼ਾਹ ਤੇ ਜਿਨ੍ਹਾਂ ਨੇ ਕੰਮ ਕੀਤਾ ਹੈ, ਯੂ ਨੋ ਡੈਨਿਸ ਮੈਟਰਿੰਜ ਨੇ, ਉਹ ਕਹਿੰਦੇ ਨੇ ਕਿ ਉਹਦੇ ਵਿੱਚ ਯੂ ਨੋ ਜੋ ਬੁੱਲੇ ਸ਼ਾਹ ਰਾਂਝਾ ਦੀ ਗੱਲ ਕਰਦੇ ਨੇ ਔਰ ਰਾਂਝਾ ਜਿਹੜਾ ਬੀਣ ਵਜਾਉਂਦਾ ਹੈ ਉਹਦੇ ਵਿੱਚ ਤੁਸੀਂ ਕ੍ਰਿਸ਼ਨਾਈਟ ਫਿਗਰ ਵੇਖਦੇ ਹੋ। ਕਾਲਾ ਪੈਟਰ ਵਿੱਚ ਦੱਸਦੀ ਹੈ ਕਿ ਉਹਨਾਂ ਦੇ ਵਿੱਚ ਤੁਸੀਂ ਨਾਥ ਟ੍ਰੈਡੀਸ਼ਨ ਦੀ ਬਹੁਤ ਸਿਗਨੀਫਿਕੈਂਟ, ਔਰ ਨਾਥ ਦੇ ਪੂਰੇ ਜੋਗੀਆਂ ਟਿੱਲਾ ਜਿੱਥੇ ਦਾ ਆਪਣੇ ਆਪ ਨੂੰ ਇਨੀਸ਼ੀਏਟ ਕਰਨ ਵਾਸਤੇ, ਤੇ ਪੰਜਾਬ ਵਿੱਚ ਨਾਥ ਟ੍ਰੈਡੀਸ਼ਨ ਵੈਸਟ ਪੰਜਾਬ ਵਿੱਚ ਪਰਟੀਕੁਲਰਲੀ ਬਹੁਤ ਜ਼ਿਆਦਾ ਇਟਸ ਡੀਪਲੀ ਰੂਟਿਡ ਇਨ ਪੰਜਾਬੀ ਕਲਚਰ। ਯੂ ਸੀ ਇਟ ਇਨ ਹੀਰ ਰਾਂਝਾ, ਯੂ ਸੀ ਇਟ ਇਨ ਪੂਰਨ ਭਗਤ ਐਂਡ ਮੈਨੀ ਅਦਰ ਸੱਚ ਸਟੋਰੀਜ਼ ਆਫ ਪੰਜਾਬ। ਤੇ ਇਹ ਝਲਕ ਤੁਹਾਨੂੰ ਬੁੱਲੇ ਸ਼ਾਹ ਦੀ ਕਾਫੀਆਂ ਵਿੱਚ ਵੀ ਮਿਲਦੀ ਹੈ। ਐਂਡ ਦਿਸ ਐਕਸਚੇਂਜ ਬਿਟਵੀਨ ਦੀਸ ਟੂ, ਯੂ ਵਿਲ ਫਾਈਂਡ ਇਟਸ ਸਿਮਿਲੈਰਿਟੀ ਆਫ ਅਨਲ ਹੱਕ, ਆਫ ਸੇਇੰਗ ਆਈ ਐਮ ਦ ਟਰੂਥ ਦੈਟ ਯੂ ਫਾਈਂਡ ਇਨ ਗੁਲਾਬਦਾਸੀ, ਇਜ਼ ਆਲਸੋ ਦੈਟ ਯੂ ਫਾਈਂਡ ਇਨ ਬੁੱਲੇ ਸ਼ਾਹਸ ਪੋਇਟਰੀ ਐਸ ਵੈਲ, ਕਿ ਆਪਣੇ ਆਪ ਨੂੰ ਹੀ ਜਾਣਾ, ਜਾਣ ਲੈਣਾ ਇਨ ਸਮ ਸੈਂਸਿਸ ਇਜ਼ ਮੋਸਟ ਸਿਗਨੀਫਿਕੈਂਟ ਟੂ ਲੁੱਕ ਇਨ ਸਾਈਡ ਐਂਡ ਟੂ ਫਾਈਂਡ ਦ ਟਰੂਥ ਵਿਦਇਨ ਯੂ, ਰਾਈਟ? ਦੈਟ ਇਜ਼ ਸਮਥਿੰਗ ਦੈਟ ਯੂ ਫਾਈਂਡ ਵੀ ਰੋਡ, ਰਾਈਟ? ਐਂਡ ਫਾਈਂਡ ਹਰ ਲਾਸਟ ਮੈਨੂੰ ਲੱਭ ਨਹੀਂ ਰਿਹਾ ਤੇ ਅਸੀਂ ਇਸ ਗੱਲ ਨੂੰ ਇੱਥੇ ਹੀ ਛੱਡ ਦਿੰਦੇ ਹਾਂ। ਹੋਰ ਅਗਰ ਕੁਐਸਚਨ ਆਨਸਰਸ ਵਿੱਚ ਆਏਗਾ ਤੇ ਪਰਹੈਪਸ ਵੀ ਕੈਨ ਕੈਰੀ ਦਿਸ ਫਰਦਰ। ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਖਾਸ ਕਰਕੇ ਜ਼ਿਲ੍ਹਾ ਪੀਰੋ ਦੇ ਹਵਾਲੇ ਨਾਲ ਪਾਕਿਸਤਾਨ ਵਾਲਾ ਪੰਜਾਬ, ਜ਼ਿਲ੍ਹਾ ਵੈਸਟ ਪੰਜਾਬ, ਇਹਦੇ ਵਿੱਚ ਬਹੁਤ ਸਾਰੇ ਲੋਕ ਇੱਥੇ ਗੱਲ ਵੀ ਕਰ ਰਹੇ ਸਨ ਕਿ ਬਿਲਕੁਲ ਨਹੀਂ ਪਤਾ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਕੰਮ ਦਾ ਜਾਂ ਉਹਨਾਂ ਦੀਆਂ ਕਾਫੀਆਂ ਬਿਲਕੁਲ ਨਹੀਂ ਸੁਣੀਆਂ ਪੜੀਆਂ ਜਾਂਦੀਆਂ। ਤੇ ਅੱਜ ਇਸ ਹਵਾਲੇ ਨਾਲ ਤੁਹਾਡਾ ਦੱਸਣਾ ਸਾਡੇ ਵਾਸਤੇ ਬਹੁਤ ਹੀ ਅਹਿਮ ਸੀ ਔਰ ਬਹੁਤ ਹੀ ਖੂਬਸੂਰਤ, ਅੱਛੇ ਤਰੀਕੇ ਨਾਲ ਅਸੀਂ ਸਾਰੀ ਗੱਲ ਦੇ ਨਾਲ ਨਾਲ ਟੁੱਟਦੇ ਰਹੇ। ਗੱਲ ਇੱਥੇ ਇਹ ਵੀ ਕਰਨ ਵਾਲੀ ਸੀ, ਜਿਹੜੀ ਮੈਂ ਪਤਨ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਜਿਹੜੀਆਂ ਤਹਿਰੀਕ ਸੀ ਇੱਕ ਤਰ੍ਹਾਂ ਦੀ, ਜਾਂ ਸਮਝ ਲਓ ਕਿ ਇੱਕ ਲੋਕਾਂ ਦੇ ਵਿੱਚ ਜਿਹੜਾ ਇੱਕ ਬਾਗੀਪਨ ਸੀ, ਜਾਂ ਉਹ ਬਾਕੀ ਇੰਡੀਆ ਚ ਵੀ ਅਸੀਂ ਵੇਖਦੇ ਕਿ ਇਸ ਤਰ੍ਹਾਂ ਦੇ ਕੋਈ ਕਰੈਕਟਰ ਸਨ ਜਿਹੜੇ ਇਸ ਤਰ੍ਹਾਂ ਦੀ ਉਸ ਵੇਲੇ ਦੇ ਕੰਟੈਂਪਰੇਰੀ ਕੋਈ ਹੋਰ ਵੀ ਮੂਵ ਸਨ ਜਿਹੜੀਆਂ ਬਾਕੀ ਇੰਡੀਆ ਦੇ ਵਿੱਚ ਚੱਲ ਰਹੀਆਂ ਸਨ ਜੇ ਤੁਸੀਂ ਵੇਖੀਆਂ ਹੋਣ ਤਾਂ? ਗੁਲਾਬਦਾਸੀ, ਹਾਂਜੀ, ਜਿਸ ਤਰ੍ਹਾਂ ਪੀਰੋ ਹੋਰਾਂ ਦਾ ਇੱਥੇ ਇੱਕ ਤਰ੍ਹਾਂ ਦਾ ਚੱਲ ਰਿਹਾ ਹੈ, ਉਸ ਤਰ੍ਹਾਂ ਦਾ ਬਿਲਕੁਲ ਕੋਈ ਹੋਰ ਵੀ ਚੱਲ ਰਿਹਾ ਸੀ ਉਸ ਵਕਤ ਇੰਡੀਆ ਚ? ਪੰਜਾਬ ਤੁਸੀਂ ਇਹੋ ਕਿ ਜਿਵੇਂ ਗੁਲਾਬਦਾਸੀ ਸੋਚਦੇ ਨੇ ਤੇ ਉਸ ਗੁਲਾਬਦਾਸੀਆਂ ਦੇ ਟਾਈਪ ਦੇ ਹੋਰ ਸੈਕਟ ਹੈਗੇ ਨੇ। ਸੋ ਵਜ਼ੀਰ ਸਿੰਘ ਦਾ ਸੈਕਟ ਹੈ ਔਰ ਵਜ਼ੀਰ ਸਿੰਘ ਦੇ ਸੈਕਟ ਬਿਲਕੁਲ ਸੋਚਣ ਦਾ ਤਰੀਕਾ, ਉਹਨਾਂ ਦੀ ਥਿਓਲੋਜੀ ਬਿਲਕੁਲ ਗੁਲਾਬਦਾਸੀਆਂ ਦੇ ਨਾਲ ਮਿਲਦੀ ਹੈ। ਔਰ ਉਸ ਸੈਕਟ ਵਿੱਚ ਵੀ, ਵਜ਼ੀਰ ਸਿੰਘ ਦੇ ਡੇਰੇ ਵਿੱਚ ਵੀ ਔਰਤਾਂ ਹੈਗੀਆਂ ਨੇ ਔਰ ਉਹਨਾਂ ਵਿੱਚ ਇੱਕ ਔਰਤ ਨੂਰੰਗ ਦੇਵੀ ਹੈਗੀ ਹੈ, ਉਹ ਆਪਣੀ ਕਵਿਤਾ ਲਿਖਦੀ ਹੈ
ਉਹਨਾਂ ਦੀ ਕਵਿਤਾ ਅਵੇਲੇਬਲ ਹੈ। ਐਕਚੁਅਲੀ ਇੱਕ ਪੇਪਰ ਵਿੱਚ ਉਹਦਾ ਵੀ ਮੈਂ ਜ਼ਿਕਰ ਕੀਤਾ ਹੈ ਔਰ ਉਹਦਾ ਉਹਦੀ ਪੋਇਟਰੀ ਨੂੰ ਐਨਾਲਾਈਜ਼ ਕੀਤਾ ਹੈ। ਸ਼ੀ ਇਜ਼ ਇੰਟਰਸਟਿੰਗ, ਬਟ ਵਾਟ ਮਿਸਿੰਗ ਪਰਹੈਪਸ ਇਨ ਨੂਰੰਗ ਦੇਵੀ ਇਜ਼ ਪੋਇਟਰੀ, ਜੋ ਤੁਹਾਨੂੰ ਪੀਰੋ ਦੀ ਪੋਇਟਰੀ ਵਿੱਚ ਲੱਭਦਾ ਹੈ, ਉਹ ਵੇ ਦਿਸ ਯੂ ਨੋ ਦਿਸ ਐਕਸਟ੍ਰੀਮਲੀ ਇੰਪੋਰਟੈਂਟ ਸੈਂਸ ਆਫ ਸੈਲਫ ਦੈਟ ਪੀਰੋ ਹੈਜ਼, ਐਂਡ ਹਰ ਐਕਸਟ੍ਰੀਮਲੀ ਇੰਪੋਰਟੈਂਟ sense of a gendered identity, of her being a woman, that identity. To see that sense is not available in other kind of a poetry. Nurang Devi the interesting poetry, magar ona di poetry vich sanu eh nahi milda hai. Peero di poetry bahut hi powerful hai, and she doesn't mince her words. Ona poetry da sab to tusi keh sakte ho ki bahut ਜੋ ਮਜ਼ਾ ਆਉਂਦਾ ਉਹਨਾਂ ਦੀ ਪੋਇਟਰੀ ਨੂੰ ਪੜ੍ਹਨ ਦਾ, ਕਿ ਉਹ ਸ਼ੀ ਸੇਜ਼ ਇਟ ਲਾਈਕ ਇਟ ਇਜ਼, ਉਹਨਾਂ ਨੂੰ ਆਪਣੀ ਵਰਡਸ ਨੂੰ ਸੰਭਾਲ ਕੇ ਇਸਤੇਮਾਲ ਕਰਨ ਦੀ ਉਹ ਲੋੜ ਨਹੀਂ ਲੱਗਦੀ ਹੈ। ਉਹ ਸਿੱਧਾ ਕਹਿੰਦੀ ਹੈ ਜੋ ਬਿਲੀਵ ਕਰਦੀ ਹੈ, ਔਰ ਆਪਣੇ ਆਪ ਵਿੱਚ ਬਹੁਤ ਬਿਲੀਵ ਕਰਦੀ ਹੈ। ਗੁਰੂ ਵਿੱਚ ਤਾਂ ਗੁਰੂ ਦੇ ਸਾਹਮਣੇ ਉਹ ਆਪਣੇ ਆਪ ਨੂੰ ਕਹਿੰਦੀ ਮੈਂ ਉਹਨਾਂ ਦੀ ਦਾਸੀ ਹਾਂ, ਇਹ ਸਭ ਕਹਿੰਦੀ ਹੈ। ਸੋ ਗੁਰੂ ਨੂੰ ਉਹ ਪੂਰਾ ਰਿਸਪੈਕਟ ਦਿੰਦੀ ਹੈ, ਮਗਰ ਆਪਣੀ ਉਹਨਾਂ ਦੀ ਸੈਂਸ ਆਫ ਸੈਲਫ ਹੈ ਉਹ ਬਹੁਤ ਸਿਗਨੀਫਿਕੈਂਟ। ਜੀ ਦੂਸਰਾ ਇਹ ਗੱਲ ਸੀ ਕਿ ਜਿਹੜੀ ਪੰਜਾਬ ਦੇ ਵਿੱਚ ਜੋਗੀ ਰੀਤ ਦੀ ਤੁਸੀਂ ਵੀ ਗੱਲ ਕੀਤੀ, ਤੇ ਅਸੀਂ ਬਹੁਤ ਸਾਰੇ ਜਿਹੜੇ ਸਾਡੇ ਪ੍ਰੋਗਰਾਮ ਹੋਏ ਅਸੀਂ ਉਹਨਾਂ ਦੇ ਵਿੱਚ ਵੀ ਇਹ ਗੱਲ ਕਰਦੇ ਰਹੇ ਹਾਂ ਕਿ ਜਿਹੜੀ ਜਿਸ ਤਰ੍ਹਾਂ ਤੁਸੀਂ ਸਾਧੂ ਕੜੀ ਬੋਲੀ ਦੀ ਗੱਲ ਕੀਤੀ ਹੈ, ਉਸ ਵੇਲੇ ਜਿਹੜੀ ਇੱਕ ਸਮਝ ਲਓ ਕਿ ਜੋਗੀ ਬਾਣੀ ਸੀ ਜਾਂ ਜੋਗੀਆਂ ਦੀ ਜਿਹੜੀ ਉਸ ਵੇਲੇ ਭਾਸ਼ਾ ਸੀ, ਉਹ ਕੋਈ ਇੰਸਟੀਟਿਊਸ਼ਨਸ ਵੀ ਸਨ ਜਾਂ ਪੜ੍ਹਨ ਦਾ ਕੀ ਤਰੀਕਾ ਸੀ? ਯਾਨੀ ਅਸੀਂ ਬਹੁਤ ਸਾਰਿਆਂ ਨੂੰ ਵੇਖਦੇ ਹਾਂ ਕਿ ਉਹਦੇ ਵਿੱਚ ਹੀ ਗੱਲ ਕਰਦੇ ਨੇ, ਉਹਨੂੰ ਹੀ ਲੈ ਕੇ ਜ਼ਿਆਦਾ ਸ਼ਾਇਰੀ ਜਿਹੜੀ ਹੈ ਨਾ ਸਾਨੂੰ ਨਜ਼ਰ ਆਉਂਦੀ ਹੈ, ਉਹਦੇ ਹਵਾਲੇ ਨਾਲ ਕੁਛ ਅਗਰ ਤੁਸੀਂ ਵੇਖਿਆ ਹੋਏ। ਸੀ ਆਈ ਥਿੰਕ ਇਹ ਡੈਫੀਨਿਟਲੀ ਪ੍ਰੀ ਕਲੋਨੀਅਲ ਜਿਹੜਾ ਪੰਜਾਬ ਸੀ ਉਹਦੇ ਵਿੱਚ ਕੀ ਤਰੀਕੇ ਸੀ ਲੋਕਾਂ ਨੂੰ ਇੰਟਲੈਕਚੁਅਲੀ ਇਨਲਾਈਟਨ ਕਰਨ, ਜਿੱਥੇ ਲੋਕ ਪੜ੍ਹਦੇ ਸੀ ਹੋਰ ਸਿੱਖਦੇ ਸੀ ਨਵੀਆਂ ਨਵੀਆਂ ਚੀਜ਼ਾਂ। ਇੱਕ ਤਾਂ ਆਫਕੋਰਸ ਯੂ ਕੈਨ ਹੈਵ ਟ੍ਰੈਡੀਸ਼ਨਲ ਸਕੂਲ ਜਿਹੜੇ ਮੋਸਕ ਨਾਲ ਅਟੈਚ ਸੀ ਜਾਂ ਧਰਮਸ਼ਾਲਿਆਂ ਨਾਲ ਅਟੈਚ ਸੀ, ਐਟਸੈਟਰਾ ਐਟਸੈਟਰਾ, ਬਟ ਵਨ ਵੈਰੀ ਇੰਪੋਰਟੈਂਟ ਵੇ ਇਨ ਵਿਚ ਪੀਪਲ ਲਰਨ ਫਿਲਾਸਫੀ ਵਾਜ਼ ਆਫਕੋਰਸ ਵਿਦ ਵੇਰੀਅਸ ਸੈਕਟਸ ਐਂਡ ਡੇਰਾਸ, ਰਾਈਟ? ਸੋ ਜਿਹੜੇ ਨਿਰਮਲਾ ਸੀ ਜਾਂ ਉਦਾਸੀ ਸੀ, ਉਹ ਆਪਣੇ ਉਹ ਫਿਲੋਸੋਫਿਕਲੀ ਬਹੁਤ ਰਿਚ ਸੀ। ਨਿਰਮਲਿਆਂ ਦਾ ਫੋਰ ਐਗਜ਼ਾਮਪਲ ਓਰਿਜਨ ਇਜ਼ ਐਸੋਸੀਏਟਡ ਵਿਦ ਦ 10th ਗੁਰੂ। ਗੁਰੂ ਗੋਬਿੰਦ ਸਿੰਘ ਨੇ ਨਿਰਮਲਿਆਂ ਨੂੰ ਕਿਹਾ ਕਿ ਤੁਸੀਂ ਜਾਓ ਹੋਰ ਵੇਦਾਂਤ ਪੜ੍ਹੋ, ਵੇਦ ਪੜ੍ਹੋ, ਸੰਸਕ੍ਰਿਤ ਪੜ੍ਹੋ, ਵੇਦਾਂਤ ਪੜ੍ਹੋ, ਹੋਰ ਪੜ੍ਹ ਕੇ ਆਓ। ਸੋ ਦੇਰ ਇਜ਼ ਅ ਵੈਰੀ ਸਿਗਨੀਫਿਕੈਂਟ ਇੰਟਲੈਕਚੁਅਲ ਟ੍ਰੈਡੀਸ਼ਨ। ਐਵੇਂ ਹੀ ਤੁਸੀਂ ਵੇਖੋਗੇ ਕਿ ਨਾਥ ਜੋਗੀਆਂ ਦੇ ਜਿਹੜੇ ਡੇਰੇ ਸੀ ਹੋਰ ਬਹੁਤ ਜ਼ਿਆਦਾ ਸੀ, ਵੈਸਟ ਪੰਜਾਬ ਵਿੱਚ ਤਾਂ ਪਰੇ ਹੋਏ ਸੀ, ਮਤਲਬ ਤੁਸੀਂ ਚੱਪਾ ਚੱਪਾ ਹੁੰਦੇ ਹੋਏਗੇ ਡੇਰੇ। ਇੱਕ ਬਹੁਤ ਸੁੰਦਰ ਕਿਤਾਬ ਹੈ ਚਾਰ ਬਾਗ ਹੈ ਪੰਜਾਬ, ਜਿਹਦੇ ਵਿੱਚ ਉਹਨਾਂ ਦਾ ਗਣੇਸ਼ ਦਾਸ ਵਡੇਰਾ, ਗਣੇਸ਼ ਦਾਸ ਦੀ ਜਿਹੜੀ ਕਿਤਾਬ ਹੈ ਚਾਰ ਬਾਗ ਹੈ ਪੰਜਾਬ, ਉਹ ਮਿਡ 19th ਸੈਂਚੁਰੀ ਦੀ ਕਿਤਾਬ ਹੈ, ਪਰਸ਼ੀਅਨ ਵਿੱਚ ਲਿਖੀ ਹੈ, ਔਰ ਉਹਦੇ ਵਿੱਚ ਉਹ ਪੰਜਾਬ ਦੀ ਪੂਰੀ ਟੋਪੋਗ੍ਰਾਫੀ ਕਹਿ ਸਕਦੇ, ਉਹਦੀ ਜੋਗ੍ਰਾਫੀ, ਉਹਦੀ ਟੋਪੋਗ੍ਰਾਫੀ ਦੀ ਉਹ ਚਰਚਾ ਕਰਦੇ ਨੇ, ਔਰ ਹਰ ਹਿੱਸੇ ਵਿੱਚ ਕਿੰਨੇ ਫਕੀਰ ਲੋਕ ਨੇ, ਕਿੰਨੇ ਸਾਧੂ ਲੋਕ ਨੇ, ਕਿੰਨੇ ਯੂ ਨੋ ਅਘੋਰੀ ਨੇ, ਐ ਨੇ, ਉਹ ਨੇ, ਉਹਨਾਂ ਦੀ ਚਰਚਾ ਕਰਦੇ ਨੇ, ਔਰ ਕਿੱਸਿਆਂ ਦੀ ਗੱਲ ਕਰਦੇ ਨੇ। ਹੀਰ ਰਾਂਝਾ ਦਾ ਕਿੱਸਾ ਇੱਥੇ ਮਸ਼ਹੂਰ ਹੈ, ਮਹੀਵਾਲ ਦਾ ਕਿੱਸਾ, ਤੇ ਤੁਸੀਂ ਵੇਖੋਗੇ ਕਿ ਦੇਰ ਇਜ਼ ਅ ਵੈਰੀ ਸਟਰੋਂਗ ਟ੍ਰੈਡੀਸ਼ਨ ਆਫ ਲਰਨਿੰਗ with various fakirs, with Nath Jogis, etc., etc. In 1960s, Greva or B.N. Goswami ne ek kitab likhi si, Jogis of Jakhwar. Jakhwar, I think, Gurdaspur de kol hai jagah si. Toh, odhe jogiyan da jeda dera si, odhe vich unhan nu bahut sare documents mile. ਔਰ ਉਹਨਾਂ ਡਾਕੂਮੈਂਟਸ ਵਿੱਚ ਉਹਨਾਂ ਨੇ ਵਿਖਾਇਆ ਹੈ ਕਿ ਯੂ ਨੋ ਈਵਨ ਮੁਗਲ ਐਮਪਰਰਸ ਵਰ ਇਨ ਟੱਚ ਵਿਦ ਦ ਜੋਗੀਜ਼,
and you know, used to get in touch with them for various reasons and so on and so forth. So definitely, ek padhan likhan da tarika aur philosophy janan da tarika si ke tusi various you know sects jehde si various dere jehde si ਉਹਨਾਂ ਨਾਲ ਆਪਣੇ ਆਪ ਨੂੰ ਜੋੜ ਕੇ ਤੁਸੀਂ ਸਿੱਖੋ। ਔਰ ਗੁਲਾਬਦਾਸੀਆਂ ਦਾ ਤਾਂ ਡੈਫੀਨੇਟਲੀ ਸਾਰੇ ਜਿਹੜੇ ਗੁਲਾਬਦਾਸੀ ਮਸ਼ਹੂਰ ਹੋਏ ਔਰ ਬਹੁਤ ਸਾਰੇ ਮਸ਼ਹੂਰ ਗੁਲਾਬਦਾਸ ਨੇ ਖੁਦ ਬਹੁਤ ਲਿਖਿਆ ਹੈ, ਪਰ ਉਹਨਾਂ ਦੇ ਜਿਹੜੇ ਚੇਲੇ ਲੋਕ ਸੀ ਉਹਨਾਂ ਨੇ ਬਹੁਤ ਜ਼ਿਆਦਾ ਲਿਖਿਆ। ਉਹਨਾਂ ਵਿੱਚ ਦਿੱਤ ਸਿੰਘ ਸੀ, ਉਹ ਪਾਦਜਾਤ ਸਿੰਘ ਸਭਿਆ ਬਣੇ। ਬਹੁਤ ਲਿਟਰੇਚਰ ਹੈ। ਕ੍ਰਿਸ਼ਨ ਸਿੰਘ ਆਰਿਫ ਸੀ, ਉਹ ਆਪਣੇ ਆਪ ਨੂੰ ਸਭ ਆਰਿਫ ਕਹਿੰਦੇ ਸੀ, ਨੋਇੰਗ ਨੋਸਟਿਕਸ। ਹਾਂ, ਉਹਨਾਂ ਨੇ ਬਹੁਤ ਕੁਛ ਲਿਖਿਆ। ਸੇ ਡੈਫੀਨੇਟਲੀ ਵਾਟ ਯੂ ਵਿਲ ਫਾਈਂਡ ਇਜ਼ ਦੈਟ ਲਰਨਿੰਗ ਐਂਡ ਲਿਟਰੇਚਰ ਐਂਡ ਫਿਲੋਸਫੀ ਵਾਸ ਟੌਟ ਇਨ ਦੀਸ ਡੇਰਾਸ। ਸੋ ਦੈਟ ਵਾਸ ਆਈ ਥਿੰਕ ਡੈਫੀਨੇਟਲੀ ਦੇਅਰ ਇਨ ਪ੍ਰੀ ਕੋਲੋਨੀਅਲ ਪੰਜਾਬ। ਜੀ, ਸੋ ਅਸੀਂ ਇੱਥੇ ਇਸ ਕਲੱਬ ਤੇ ਗੱਲ ਕਰਦੇ ਰਹਿੰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਅਗਰ ਜਿਹੜੀ ਅਸੀਂ ਗੱਲ ਕਰੀਏ ਕਿ ਜਿਹੜੀ ਖਵਾਤੀਨ ਦਾ ਇੱਕ ਹਿੱਸਾ ਸੀ, ਵਿਮਨ ਜਿਹੜੀਆਂ ਸਨ ਇੱਥੇ, ਉਹ ਤੇ ਫਿਰ ਇਸ ਤਰ੍ਹਾਂ ਜਿਹੜੀਆਂ ਮੂਵਮੈਂਟ ਚੱਲ ਰਹੀਆਂ ਸਨ ਉੱਥੇ ਪੰਜਾਬ ਵਿੱਚ, ਫਿਰ ਪੁਰਾਣੀਆਂ ਚੱਲਦੀਆਂ ਸਨ, ਯਾਨੀ ਅਗਰ ਕੋਈ ਗੱਲ ਪਹਿਲੇ ਹੋਈ ਹੋਏਗੀ, ਯਾਨੀ ਪੀਰੋ ਤੋਂ ਪਹਿਲੇ ਵੀ ਤੁਸੀਂ ਗੱਲ ਕਰਦੇ ਹੋ ਕਿ ਪਹਿਲੇ ਵੀ ਜਿਹੜੇ ਨੇ ਉਹ ਇਸ ਤਰ੍ਹਾਂ ਸ਼ਾਇਰਾ ਸਨ, ਉਹਨਾਂ ਨੇ ਗੱਲ ਕੀਤੀ ਇਹਦੇ ਤੇ। ਸੋ ਇਹ ਤੇ ਇੱਕ ਪੁਰਾਣੀ ਤਹਿਰੀਕਾਂ ਇੱਥੇ ਚੱਲਦੀਆਂ ਆਉਂਦੀਆਂ ਸੀ, ਇਹਦੇ ਨਾਲ ਪੰਜਾਬ ਦੇ ਵਿੱਚ ਇਹਦੇ ਨਾਲ ਕੋਈ ਜੁੜੀ ਵੱਡੀ ਕੋਈ ਤਹਿਰੀਕ ਸੀ ਉਸ ਵੇਲੇ ਜਿਹੜੀ ਇਸ ਫੈਮਿਨਿਸਟਿਕ ਸਮਝ ਲਓ ਜਾਂ ਉਸ ਵੇਲੇ ਦੀ ਗੱਲ ਕਰਦੀ ਹੋਵੇ ਕੋਈ ਖਵਾਤੀਨ ਦੇ ਵਿੱਚ ਉਹਨਾਂ ਦੀ? ਇਹਦੇ ਤੇ ਮੈਂ ਜ਼ਿਆਦਾ ਨਹੀਂ ਜਾਣਦੀ ਹਾਂ। ਮੈਂ ਤੇ ਐਕਚੁਅਲੀ 19th ਸੈਂਚਰੀ ਦੇ ਬਾਰੇ ਵਿੱਚ ਹੀ ਲਿਖਿਆ ਔਰ ਉਸ ਤੋਂ ਬਾਅਦ 20th ਸੈਂਚਰੀ ਦੇ ਬਾਰੇ ਵਿੱਚ ਲਿਖਿਆ, ਮਗਰ ਆਈ ਥਿੰਕ ਐਸੇ ਹੈਗੇ ਨੇ ਸਕਾਲਰਸ ਜੋ ਸ਼ਾਇਦ ਹੋਰ ਔਰਤਾਂ ਦੀ ਗੱਲ ਕਰਦੇ ਨੇ ਕਿ ਉਹਨਾਂ ਨੇ ਲਿਖਿਆ। ਸ਼ਾਇਦ ਮਹਿਮੂਦ ਅਵਾਨ ਨੇ ਥੋੜ੍ਹਾ ਜਿਹਾ ਇਸ ਗੱਲ ਵਿੱਚ ਲਿਖਿਆ ਹੈ। ਗਣੇਸ਼ ਦਾਸ ਦੀ ਚਾਰਬਾਗੇ ਪੰਜਾਬ ਵਿੱਚ ਰੈਫਰੈਂਸਿਸ ਨੇ ਥੋੜ੍ਹੇ ਜਿਹੇ ਔਰਤਾਂ ਦੇ ਬਾਰੇ ਵਿੱਚ ਜੋ ਖਵਾਤੀਨ ਜੋ ਲਿਖਦੀਆਂ ਸਨ, ਮਗਰ ਮੈਂ ਜ਼ਿਆਦਾ ਇਹਦੇ ਬਾਰੇ ਵਿੱਚ ਨਹੀਂ ਦੇਖਿਆ ਹੈ। ਆਈ ਥਿੰਕ ਪੰਜਾਬ ਵਿੱਚ ਓਨਾ ਜ਼ਿਆਦਾ ਨਹੀਂ ਹੈ ਇਹ ਕਲਚਰ, ਥੋੜ੍ਹੀਆਂ ਬਹੁਤ ਹੋਣਗੀਆਂ ਸ਼ਾਇਦ, ਬਟ ਬਹੁਤ ਜ਼ਿਆਦਾ ਕਲਚਰ ਨਹੀਂ। ਆਈ ਥਿੰਕ ਟੂ ਐਨ ਐਕਸਟੈਂਟ ਅ ਵੁਮਨ ਵਾਸ ਡਿਨਾਈਡ ਐਨ ਆਈਡੈਂਟੀ, ਰਾਈਟ? ਔਰ ਪਬਲਿਕ ਆਈਡੈਂਟੀ ਬਿਲਕੁਲ ਡਿਨਾਈ ਔਰਤਾਂ ਨੂੰ ਕੀਤੀ ਸੀ। ਤੇ ਇਸ ਪਿੱਛੇ ਆਈ ਥਿੰਕ ਪੀਰੋਸ ਪੋਇਟਰੀ ਇਜ਼ ਸੋ ਰਿਮਾਰਕੇਬਲ ਬਿਕੋਜ਼ ਸ਼ੀ ਇਜ਼ ਡਿਫਰੈਂਟ ਦੈਟ। ਜੀ ਬਿਲਕੁਲ, ਔਰ ਪੋਇਟਰੀ ਤੇ ਬਹੁਤ ਇੰਟਰਸਟਿੰਗ ਔਰ ਬੜੀ ਜ਼ਬਰਦਸਤ ਸੀ। ਸੋ ਅਸੀਂ ਇੱਥੇ ਇੱਕ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਸ ਵੇਲੇ ਪੜ੍ਹਨ ਦਾ ਜਿਹੜਾ ਰਿਵਾਜ ਸੀ ਉਹ ਡੇਰਿਆਂ ਦਾ ਸੀ ਔਰ ਲੋਕ ਉੱਥੋਂ ਹੀ ਪੜ੍ਹਦੇ ਸਨ, ਤੇ ਸ਼ਾਇਦ ਉਹ ਸਟੇਟ ਦੇ ਥੋੜਾ ਆਜ਼ਾਦ ਸਨ ਉਹ ਡੇਰੇ ਜਿਹੜੇ ਆਪਣੀ ਮਰਜ਼ੀ ਨਾਲ ਇੰਡੀਪੈਂਡੈਂਟਲੀ ਪੜ੍ਹਦੇ ਹੋਣਗੇ ਲੋਕ, ਜਾਂ ਉਹਨਾਂ ਨੂੰ ਪੜ੍ਹਾਇਆ ਜਾਂਦਾ ਕੋਈ ਸਿਲੇਬਸ ਇਸ ਤਰ੍ਹਾਂ ਦਾ, ਕੋਈ ਸਿਲੈਕਟਿਡ ਸਿਲੇਬਸ ਤੇ ਨਹੀਂ ਕਿ ਜਿਹੜਾ ਇੱਕ ਵੱਲੋਂ ਬਣ ਕੇ ਆਉਂਦਾ ਹੈ ਔਰ ਉਹੀ ਪੜ੍ਹਿਆ ਜਾਂਦਾ ਹੈ ਔਰ ਉਹਦੇ ਤੋਂ ਬਾਅਦ ਜਿਹੜਾ ਉਹਦੇ ਚੋਂ ਉਹਨੇ ਨੰਬਰ ਲੈਂਦਾ ਉਹਨੂੰ ਪਾਸ ਕਰ ਦਿੱਤਾ ਜਾਂਦਾ ਹੈ ਔਰ ਬਾਕੀ ਜਿਲ੍ਹੇ ਉਹਨਾਂ ਨੂੰ ਨਹੀਂ ਮੰਨਿਆ ਜਾਂਦਾ। ਸੋ ਜੀ ਸੀ ਦੇਖੋ, ਲੋਟ ਆਫ ਆਰਡੀਨਰੀ ਪੀਪਲ ਉਹ ਮਸੀਤਾਂ ਤੇ ਜਾ ਕੇ ਪੜ੍ਹਦੇ ਹੁੰਦੇ, ਮੋਸਕਸ ਵਿੱਚ, ਮੋਸਕਸ ਵਿੱਚ ਮੁੱਲੇ ਪੜ੍ਹਾਉਂਦੇ ਸੀ। ਸੋ ਉਹਨਾਂ ਦਾ ਹੋਏਗਾ ਇੱਕ, ਆਈ ਡੋਂਟ ਨੋ, ਬਟ ਉਹਨਾਂ ਦਾ ਸਿਲੇਬਸ ਹੋਏਗਾ ਕਿ ਕਿਵੇਂ ਸ਼ੁਰੂ ਕਰਨਾ ਹੈ, ਕਿਵੇਂ ਕੁਰਾਨ ਨੂੰ ਪੜ੍ਹਾਉਣਾ ਹੈ, ਕਿਵੇਂ ਲਿਖਾਈ ਲਿਖਣੀ ਹੈ, ਐਟਸੈਟਰਾ ਐਟਸੈਟਰਾ। ਹੋਰ ਇੱਕ ਯਾਦ ਕਰਨ ਦਾ ਤਰੀਕਾ ਬਹੁਤ ਇੰਪੋਰਟੈਂਟ ਸੀ, ਬਟ ਉਹਦੇ ਨਾਲ ਉਹ ਹੋਰ ਵੀ ਚੀਜ਼ਾਂ ਕਰਦੇ ਸੀ, ਗਣਿਤ ਵੀ ਕਰਨ, ਮੈਥਸ ਵੀ ਲੋਕ ਸਿੱਖਦੇ ਸੀ, ਹੋਰ ਐਸਟ੍ਰੋਨੋਮੀ ਵੀ ਸਿੱਖਦੇ ਸੀ, ਐਸਟ੍ਰੋਲੋਜੀ ਵੀ ਸਿੱਖਦੇ ਸੀ, ਮਤਲਬ ਮੈਡੀਕਲ ਯੂ ਹੈਡ ਯੂ ਨੋ ਵੇਜ਼ ਇਨ ਵਿਚ ਪੀਪਲ ਲਰਨ ਦ ਮੈਡੀਕਲ ਤਰੀਕਾਸ ਐਂਡ ਸੋ ਔਨ। ਸੋ ਡੈਫੀਨੇਟਲੀ ਪੁਰਾਣੇ ਜ਼ਮਾਨੇ ਵਿੱਚ ਸਿਲੇਬਸ ਹੋਣਗੇ ਕਿ ਕਿੰਜ ਕਰਾਉਣਾ ਹੈ, ਕਿੰਜ ਅੱਗੇ ਵਧਾਉਣਾ ਹੈ, ਮਗਰ ਜੋ ਤੁਸੀਂ ਡੇਰਿਆਂ ਵਿੱਚ ਤੁਸੀਂ ਫਿਲੋਸਫੀ ਸਿੱਖਦੇ ਹੋ ਉਸ ਪਰਟੀਕੁਲਰ ਡੇਰੇ ਦੀ ਤੁਸੀਂ ਸਿੱਖੋਗੇ। ਅਗਰ ਤੁਸੀਂ ਉਦਾਸੀਆਂ ਦੇ ਕੋਲ ਚਲੇ ਜਾਓ ਤੁਸੀਂ ਉਹ ਸਿੱਖੋਗੇ, ਤੁਸੀਂ ਸੂਫੀ ਡੇਰੇ ਦੇ ਨਾਲ ਆਪਣੇ ਆਪ ਸਿਲਸਿਲੇ ਦੇ ਨਾਲ ਅਟੈਚ ਕਰ ਲਓ ਤੇ ਤੁਸੀਂ ਉਹਦੀ ਜਿਹੜੀ ਫਿਲੋਸੋਫੀਕਲ ਡੈਪਥ ਹੈ ਉਹ ਤੁਸੀਂ ਪੜ੍ਹੋਗੇ। ਤੇ ਆਈ ਥਿੰਕ ਦੇ ਵਰ ਮਲਟੀਪਲ ਵੇਜ਼ ਇਨ ਵਿਚ ਪੀਪਲ ਵੁੱਡ ਹੈਵ you know been educated, would have been imbibed. Of course with the coming of the British you had a more established structured way that would have come into being, but that does not mean ki pehle kuch nahi tha. There were obviously ways in which people were educated. ਜੀ ਜੀ, ਬਸ ਅਸੀਂ ਇਹੀ ਤੁਹਾਡੇ ਵਾਲੀ ਗੱਲ ਹੀ ਕਰਦੇ ਸਨ ਕਿ ਜਿਸ ਤਰ੍ਹਾਂ ਕੁਛ ਟਰਮਸ ਐਸੀਆਂ ਉਹਨਾਂ ਨੇ ਕਰ ਦਿੱਤੀਆਂ ਕਿ ਜਿਸ ਤਰ੍ਹਾਂ ਮਾਡਰਨ ਐਜੂਕੇਸ਼ਨ
ਉਹਨਾਂ ਸਕੂਲ ਕਾਲਜ ਔਰ ਇੱਥੇ ਤੇ ਕਿਉਂਕਿ ਮੈਂ ਇਹ ਗੱਲ ਇਸ ਤੋਂ ਕਰਨਾ ਕਿ ਸਾਡੇ ਵਾਲੀ ਸਾਈਡ ਤੇ ਜਿਹੜਾ ਪੜ੍ਹਿਆ ਜਾਂਦਾ ਉਹਦੇ ਵਿੱਚ ਤੇ ਕਿਹਾ ਜਾਂਦਾ ਕਿ ਇਹਦੇ ਤੋਂ ਪਹਿਲੇ ਤਾਂ ਕੋਈ ਤਲੀਮ ਹੀ ਨਹੀਂ ਸੀ ਹੈ ਤੇ ਫਿਰ ਜਦੋਂ ਬ੍ਰਿਟਿਸ਼ ਆਏ ਤੇ ਉਹਨਾਂ ਹੀ ਆ ਕੇ ਸਾਰਿਆਂ ਨੂੰ ਪੜ੍ਹਾਇਆ ਸੋ ਸਾਡੇ ਕੋਲ ਜਦੋਂ ਵੀ ਕੋਈ ਸੀਨੀਅਰ ਹਿਸਟੋਰੀਅਨ ਆਉਂਦਾ ਅਸੀਂ ਉਹਦੇ ਕੋਲ ਇੱਕ ਖਾਸ ਗੱਲ ਜਿਹੜੀ ਉਹਨਾਂ ਦੇ ਨਾਲ ਕਰਦੇ ਹਾਂ ਉਹ ਤੁਹਾਡੇ ਨਾਲ ਵੀ ਅੱਜ ਸਾਂਝੀ ਕਰਾਂਗੇ ਕਿ ਜਿਹੜੀਆਂ ਟਰਮਸ ਇਹਨਾਂ ਨੇ ਜਿਹੜੀਆਂ ਹਿਸਟਰੀ ਦੇ ਵਿੱਚ ਜੋਨ ਮਿਲ ਤੋਂ ਸ਼ੁਰੂ ਹੋਈਆਂ ਚੱਲਦੀਆਂ ਆ ਰਹੀਆਂ ਨੇ ਕਿ ਜਿਹੜਾ ਹੈ ਉਹ ਸਿੱਖ ਪੀਰੀਅਡ ਹੈ ਹਿੰਦੂ ਪੀਰੀਅਡ ਹੈ ਮੁਸਲਿਮ ਪੀਰੀਅਡ ਹੈ ਤੇ ਫਿਰ ਇੱਕਦਮ ਬ੍ਰਿਟਿਸ਼ ਪੀਰੀਅਡ ਹੋ ਜਾਂਦਾ ਹੈ ਉਹ ਕ੍ਰਿਸਚੀਅਨ ਪੀਰੀਅਡ ਨਹੀਂ ਆਉਂਦਾ ਤੇ ਉਹ ਅੱਜ ਤੱਕ ਅਸੀਂ ਉਹ ਇਸਤੇਮਾਲ ਕਰਦੇ ਹਾਂ ਤੇ ਕੀ ਇਹ ਟਰਮਸ ਠੀਕ ਨੇ ਇਹਨੂੰ ਵੇਖਿਆ ਨਹੀਂ ਜਾ ਸਕਦਾ ਕਿ ਸਾਡੇ ਵਾਲੀ ਆ ਕੇ ਰੋਲ ਮਾਰਦੇ ਆ thrive. To see, you'll have to change the nomenclatures, just to see rubrics they which to see part they or itihas history nu to see onu tarik nu badalna payega kyunki eh jehdi tarika si padhanda hai british da tarika si aur us tarike naal oh chahnde si ke log apni identity nu lai ke beh jaan hai na aur divide and rule di jehdi gal karde ne that is very significant that you know you say that this is Muslim period and so you know associate these things with the Muslim period you say this is a period associate certain things with but history doesn't work like that history with sare log hi rehnde hai thoda ki as Muslim period is sirf Muslim log important nahi ho so how do you understand history tusi tareekh nu samajhde ke I think that has changed dramatically over the last many decades now or jinnu assi kehnde a history from below karo hai na you do cultural history from below and get these facts because you understand a society in its totality ode alag alag dimensions nu tusi samajhne koshish karte ho aur ordinary people kin rehnde si ordinary people ki sochde si unna da mental world ki ho ja si ਇਹ ਗੱਲਾਂ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੋ ਗਈਆਂ ਨੇ ਸੋ ਆਈ ਥਿੰਕ ਵੀ ਡੈਫੀਨੇਟਲੀ ਨੀਡ ਟੂ ਰਿਜੈਕਟ ਇਸ ਦ ਵੇਜ਼ ਇਨ ਵਿਚ ਦ ਬ੍ਰਿਟਿਸ਼ ਟੋਟ ਅਸ ਐਂਡ ਪਰਟੀਕੂਲਰਲੀ ਹਿਸਟਰੀ ਬਿਕੋਜ਼ ਹਿਸਟਰੀ ਦਾ ਤਾਰੀਖ ਦਾ ਬਹੁਤ ਜ਼ਿਆਦਾ ਆਈ ਵੁੱਡ ਸੇ ਬਿਕਮਸ ਵੈਰੀ ਵੈਰੀ ਇੰਪੋਰਟੈਂਟ ਆਫਟਰ ਦ ਬ੍ਰਿਟਿਸ਼ ਕਮ ਐਂਡ ਅੰਡਰਸਟੈਂਡਿੰਗ ਯੋਰ ਓਨ ਆਈਡੈਂਟਿਟੀ ਥਰੂ ਅ ਹਿਸਟੋਰੀਕਲ ਪਰਸਪੈਕਟਿਵ ਦੈਟ ਬਿਕਮਸ ਵੈਰੀ ਇੰਪੋਰਟੈਂਟ ਬਹੁਤ ਸ਼ੁਕਰੀਆ ਜੀ ਅਸੀਂ ਤੁਹਾਡੇ ਕੋਲੋਂ ਵੀ ਅਸੀਂ ਇੱਕ ਤਰ੍ਹਾਂ ਇੱਕ ਰੈਫਰੈਂਸ ਹੋ ਜਾਂਦਾ ਕਿ ਜਿਹੜੇ ਲੋਕ ਜਿਹੜੇ ਸਾਡੇ ਕੋਲ ਸੀਨੀਅਰ ਹਿਸਟੋਰੀਅਨ ਆਉਂਦੇ ਨੇ ਜਿਹੜੇ ਅਸੀਂ ਉਹਨਾਂ ਕੋਲੋਂ ਇਹ ਗੱਲ ਲਾਜ਼ਮੀ ਜਿਹੜੀ ਇਹਨਾਂ ਪੁੱਛਦੇ ਹਾਂ ਔਰ ਉਹਨੂੰ ਇੱਕ ਰੈਫਰੈਂਸ ਦੇ ਤੌਰ ਤੇ ਬਿਕੋਜ਼ ਅਸੀਂ ਜਦੋਂ ਲਿਖਣਾ ਸ਼ੁਰੂ ਕਰਦੇ ਹਾਂ ਜਾਂ ਇੱਥੇ ਜਾਂ ਸ਼ਾਇਦ ਤੁਹਾਡੇ ਕੋਲ ਵੀ ਮੈਨੂੰ ਨਹੀਂ ਪਤਾ ਲੇਕਿਨ ਜਿਹੜਾ ਇੱਥੇ ਅਸੀਂ ਕਰਨੇ ਹਾਂ ਤੇ ਉਹਦੇ ਵਿੱਚ ਅਗਰ ਇਹ ਟਰਮਸ ਨਾ ਲਿਖੀਆਂ ਜਾਣ ਜਾਂ ਉਹਨਾਂ ਨੂੰ ਇਸ ਤਰ੍ਹਾਂ ਨਾ ਗਿਣਿਆ ਜਾਏ ਤੇ ਥੋੜਾ ਜਿਹਾ ਪ੍ਰੋਬਲਮੈਟਿਕ ਹੋ ਜਾਂਦਾ ਹੈ ਲੋਕਾਂ ਨੂੰ ਸਮਝਣ ਦੇ ਵਿੱਚ ਜਾਂ ਕਰਨ ਦੇ ਵਿੱਚ ਉਹ ਇੱਕ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵੱਲੋਂ ਅਸੀਂ ਇੱਕ ਇਹ ਵੀ ਸਾਡੀ ਇੱਕ ਮੂਵ ਹੈ ਕਿ ਅਸੀਂ ਇਹਨੂੰ ਇਸ ਨੂੰ ਰੀਕੰਸਟਰਕਟ ਕਰੀਏ ਔਰ ਇਹਦੇ ਨਾਲ ਜਿਹੜੀਆਂ ਚੀਜ਼ਾਂ ਨੇ ਅੱਗੇ ਵਧ ਕੇ ਬਹੁਤ ਸਾਰਾ ਲੋਕਾਂ ਨੇ ਚੇਂਜ ਕੀਤਾ ਪੂਰੀ ਦੁਨੀਆ 'ਚ ਫਰਾਂਸ ਦੀ ਚਾਈਨਾ ਦੀ ਬਹੁਤ ਸਾਰੀਆਂ ਮਿਸਾਲਾਂ ਸਾਡੇ ਕੋਲ ਹੈ ਨੇ ਸੋ ਇਹਨੂੰ ਵੀ ਹੁਣ ਕਾਫੀ ਟਾਈਮ ਗੁਜ਼ਰ ਗਿਆ ਇੱਕ ਦੂਜੇ ਨੂੰ ਡਿਸਕ੍ਰੀਮੀਨੇਟ ਕਰਦੇ ਹਾਂ ਵੰਡ ਕਰਦੇ ਹਾਂ ਔਰ ਉਹ ਸਾਡੀ ਨਹੀਂ ਹੈ ਪਤਾ ਨਹੀਂ ਕਿੱਥੋਂ ਆਈ ਔਰ ਕਿੱਦਾਂ ਉਹਨੂੰ ਦੁਬਾਰਾ ਉਹਨਾਂ ਨੇ ਪ੍ਰਚਲਿਤ ਕੀਤਾ ਪੂਰੀ ਸੋਸਾਇਟੀ ਦੇ ਵਿੱਚ ਕੀਤਾ ਔਰ ਪਹਿਲੀ ਕਲਾਸ ਤੋਂ ਆਖਰੀ ਦਿਨ ਤੱਕ PhD ਤੱਕ ਉਹੀ ਟਰਮ ਚੱਲੀਆਂ ਨੇ ਉਹ ਸਾਨੂੰ ਵੱਧ ਵੱਧ ਵਰਤਣੀਆਂ ਪੈਂਦੀਆਂ ਨੇ ਔਰ ਉਹ ਖੁਦ ਬਖੁਦ ਹੀ ਬਣਦੀਆਂ ਜਾਂਦੀਆਂ ਔਰ ਅੱਗੇ ਤੋਂ ਅੱਗੇ ਨਿਕਲੀਆਂ ਸਨ ਅਸੀਂ ਉਹਦੇ ਵਾਸਤੇ ਅੱਜ ਤੁਹਾਡੇ ਕੋਲੋਂ ਟਾਈਮ ਲਿਆ ਔਰ ਤੁਸੀਂ ਅੱਜ ਸਾਨੂੰ ਇੱਕ ਬਹੁਤ ਖੂਬਸੂਰਤ ਲੈਕਚਰ ਮਤਲਬ ਕਿ ਮੇਰੇ ਵਾਸਤੇ ਮੈਂ ਕਿਉਂਕਿ ਥੋੜਾ ਪੜਿਆ ਵੀ ਤੁਹਾਡਾ ਤੇ ਉਹਦੇ ਤੋਂ ਇਲਾਵਾ ਵੀ ਇੱਕ ਪੀਰੋ ਦੇ ਹਵਾਲੇ ਨਾਲ ਜਿਹੜੇ ਸਾਡੀ ਸਾਈਡ ਦੇ ਲੋਕ ਨੇ ਉਹਨਾਂ ਵਾਸਤੇ ਇੱਕ ਬਹੁਤ ਹੀ ਅਹਿਮ ਔਰ ਬੜਾ ਇੰਪੋਰਟੈਂਟ ਲੈਕਚਰ ਸੀ ਔਰ ਮੈਂ ਚਾਹਾਂਗਾ ਕਿ ਤੁਸੀਂ ਇਸ ਹਵਾਲੇ ਨਾਲ ਮਜ਼ੀਦ ਵੀ ਅਗਰ ਇਹਨੂੰ ਥੋੜਾ ਅੱਗੇ ਲੈ ਕੇ ਚੱਲੀਏ ਥੋੜਾ ਇਹਦੇ ਤੇ ਮਜ਼ੀਦ ਵੀ ਗੱਲਬਾਤ ਜਿਹੜੀ ਨਾ ਹੋਣੀ ਚਾਹੀਦੀ ਹੈ ਤੁਸੀਂ ਜ਼ਰੂਰ ਸਾਨੂੰ ਟਾਈਮ ਦੇਣਾ ਔਰ ਸਾਡੇ ਨਾਲ ਇਹ ਗੱਲਬਾਤ ਕਰਨਾ ਔਰ ਟਰਮਸ ਦੇ ਹਵਾਲੇ ਨਾਲ ਅਸੀਂ ਮੈਂ ਤੁਹਾਡੇ ਨਾਲ ਕਰਦਾ ਜਿਵੇਂ ਕਿ ਟਰਮਸ ਦੇ ਹਵਾਲੇ ਨਾਲ ਅਸੀਂ ਕਾਫੀ ਸਾਰੇ ਸਕਾਲਰਸ ਨੂੰ ਅਟੈਚ ਕਰ ਰਹੇ ਹਾਂ
ਅਸੀਂ ਕੋਈ ਰਾਈਟ ਅਪ ਵੀ ਬਣਾਵਾਂਗੇ ਜਿਹੜਾ ਆਵੇ ਔਰ ਤੁਸੀਂ ਉਹਨੂੰ ਇੱਕ ਦਫਾ ਵੇਖੋ ਔਰ ਉਹਦੇ ਵਿੱਚ ਜੋ ਵੀ ਵਾਧ ਘੱਟ ਹੋ ਸਕਦਾ ਉਹ ਕਰਕੇ ਤੇ ਕੁਛ ਅਸੀਂ ਉਹਨੂੰ ਜਿਹੜੇ ਇਸ ਟਰਮਸ ਦੇ ਹਵਾਲੇ ਕੁਛ ਨਵੀਆਂ ਟਰਮਸ ਦੇ ਲਈ ਇਹਨੂੰ ਅਪਾਇੰਟ ਕਰ ਸਕੀਏ ਸੋ ਅੱਜ ਦੇ ਟਾਈਮ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਤੁਸੀਂ ਸਾਡੇ ਆਉਂਦੇ ਜਾਂਦੇ ਰਿਹਾ ਕਰੋ ਸਾਡੇ ਲੈਕਚਰ ਦੇ ਵਿੱਚ ਵੀ ਕੋਈ ਕੋਈ ਸੁਜੈਸ਼ਨ ਕੋਈ ਸੁਧਾਰ ਹੋਵੇ ਤਾਂ ਜ਼ਰੂਰ ਦਿਆ ਜੀ ਹਾਂ ਜ਼ਰੂਰ ਜ਼ਰੂਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਬੁਲਾਉਣ ਵਾਸਤੇ ਆਈ ਐਮ ਵੈਰੀ ਵੈਰੀ ਥ੍ਰਿਲਡ ਐਂਡ ਪਲੀਜ਼ਡ ਦੈਟ ਯੂ ਗੇਵ ਮੀ ਦਿਸ ਓਪਰਚੁਨਿਟੀ ਮੈਂ ਤੁਹਾਡੇ ਵਿੱਚ ਇਹ ਗੱਲਬਾਤ ਆਪਣੀ ਰੱਖੀ ਥੈਂਕ ਯੂ ਜੀ ਸਾਰੇ ਦੋਸਤਾਂ ਦਾ ਜਿਹੜੇ ਸਾਡੇ ਨਾਲ ਅੱਜ ਸਾਨ ਬਹੁਤ ਸ਼ੁਕਰੀਆ ਅੱਜ ਥੋੜਾ ਪ੍ਰੋਬਲਮ ਸੀ ਸਾਡੇ ਅਸੀਂ ਫੇਸਬੁੱਕ ਵੱਲ ਨਹੀਂ ਜਾ ਸਕੇ ਸੋ ਇੱਥੇ ਹੀ ਅਸੀਂ ਕੀਤਾ ਅੱਜ ਦਾ ਪ੍ਰੋਗਰਾਮ ਤੇ ਹੁਣ ਅਸੀਂ ਅੱਗੋਂ ਸਾਡੇ ਸਾਰੇ ਜਿਹੜੇ ਨੇ ਪ੍ਰੋਗਰਾਮ ਉਹ ਚੱਲਦੇ ਜਾਣਗੇ ਨਾਲ ਦੀ ਨਾਲ ਉਸ ਤੋਂ ਅੱਜ ਸਾਰੇ ਦੋਸਤ ਜਿਹੜੇ ਨੇ ਉਹਨੂੰ ਪਲੀਜ਼ ਇਹਨੂੰ ਸ਼ੇਅਰ ਕਰ ਦੇਣਾ ਕੁਛ ਲੋਕ ਅਗਰ ਵੇਖਣ ਤੋਂ ਰਹਿ ਗਏ ਨੇ ਕਿਉਂਕਿ ਅੱਜ ਦਾ ਲੈਕਚਰ ਬਹੁਤ ਇੰਪੋਰਟੈਂਟ ਸੀ ਔਰ ਬਹੁਤ ਹੀ ਖੂਬਸੂਰਤ ਲੈਕਚਰ ਸੀ ਅੱਜ ਦਾ ਔਰ ਜਿਸ ਤਰ੍ਹਾਂ ਉਹ ਸਾਰਾ ਅਸੀਂ ਸੁਣਿਆ ਅੱਜ ਤੇ ਮੈਂ ਮੇਰੇ ਖਾਹਿਸ਼ ਹੈ ਕਿ ਸਭ ਦੋਸਤਾਂ ਨੂੰ ਅਗਰ ਸ਼ੇਅਰ ਕਰਨਗੇ ਤੇ ਸਾਰਿਆਂ ਦੋਸਤਾਂ ਕੋਲ ਇਹ ਪਹੁੰਚ ਜਾਏਗਾ ਕੁਛ ਲੋਕ ਜਿਹੜੇ ਸੁਣਨ ਤੋਂ ਰਹਿ ਵੀ ਗਏ ਨੇ ਉਹ ਵੀ ਇਹਨੂੰ ਸੁਣ ਲੈਣਗੇ ਸੋ ਮਿਲਣੇ ਅਗਲੇ ਲੈਕਚਰ ਦੇ ਨਾਲ ਰੱਬ ਦਾ